ਅੱਜ ਬੱਚਿਓ ਆਪਣੇ ਜਿਹੜੀ ਹੈ ਪਲੱਸ ਟੂ ਦੀ ਕਲਾਸ ਹੈ ਇਹਦੇ 'ਚ ਅੱਜ ਦਾ ਆਪਣਾ ਟੋਪਿਕ ਹੈ ਕਿ ਇਲੈਕਟ੍ਰੋਮੈਗਨੈਟਿਕ ਵੇਵਸ। ਇਲੈਕਟ੍ਰੋਮੈਗਨੈਟਿਕ ਵੇਵਸ ਇੱਕ ਬਹੁਤ ਹੀ ਇੰਪੋਰਟੈਂਟ ਹੈ ਬੱਚਿਓ, ਖਾਸ ਕਰਕੇ ਅੱਜ ਕੱਲ੍ਹ ਦੇ ਮਾਡਰਨ ਜ਼ਮਾਨੇ 'ਚ, ਕਿਉਂਕਿ ਤੁਸੀਂ ਮੋਬਾਈਲ ਟੈਕਨੋਲੋਜੀ ਸੈਲੂਲਰ ਫੋਨ ਵੀ ਯੂਜ਼ ਕਰਦੇ ਹੋ, ਔਰ ਸਾਡਾ ਜਿਹੜਾ ਪਲੱਸ ਟੂ 'ਚ ਇੱਕ ਆਖਰੀ ਯੂਨਿਟ ਹੈ ਉਹ ਹੈ ਵੀ ਕਮਿਊਨੀਕੇਸ਼ਨ ਦਾ ਹੀ ਹੈ, ਔਰ ਉਸ ਦੇ ਵਾਸਤੇ ਸਾਨੂੰ ਸਮਝਣ ਲਈ ਇਲੈਕਟ੍ਰੋਮੈਗਨੈਟਿਕ ਵੇਵਸ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ। ਹੁਣ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਲੈਕਟ੍ਰੋਮੈਗਨੈਟਿਕ ਵੇਵਸ ਦੀ ਇੱਕ ਬਰੀਫ ਜਿਹੀ ਹਿਸਟਰੀ ਜ਼ਰੂਰ ਸਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਇਲੈਕਟ੍ਰੋਮੈਗਨੈਟਿਕ ਵੇਵਸ ਐਕਚੁਅਲੀ ਪ੍ਰੋਡਿਊਸ ਕਿਸ ਤਰ੍ਹਾਂ ਹੁੰਦੀਆਂ ਨੇ, ਇਲੈਕਟ੍ਰੋਮੈਗਨੈਟਿਕ ਵੇਵਸ ਦੇ ਸੋਰਸਿਸ ਕੀ ਨੇ, ਫਿਰ ਆਪਾਂ ਨੂੰ ਪਤਾ ਲੱਗੇਗਾ ਕਿ ਇਸ ਦੀਆਂ ਯੂਜ਼ਸ ਕੀ ਨੇ। ਲੈਟਸ ਸੀ ਫਸਟ ਕਿ ਇਲੈਕਟ੍ਰੋਮੈਗਨੈਟਿਕ ਵੇਵਸ ਨੇ ਜਿਹੜੀਆਂ ਸਾਡੇ ਕੋਲ ਉਹ ਹੁੰਦੀਆਂ ਕੀ ਨੇ। ਇਲੈਕਟ੍ਰੋਮੈਗਨੈਟਿਕ ਵੇਵ 'ਚ ਨਾਮ ਹੀ ਇੰਡੀਕੇਟ ਕਰਦਾ ਹੈ ਕਿ ਦੈਟ ਇਜ਼ ਇਟ ਇਜ਼ ਆਫ ਟੂ ਵਰਡਸ, ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡਸ ਨੇ, ਦੋ ਫੀਲਡਸ ਹੋਣਗੇ, ਇਸ ਦਾ ਮਤਲਬ ਇਲੈਕਟ੍ਰੋਮੈਗਨੈਟਿਕ ਵੇਵਸ ਸਾਡੇ ਕੋਲ ਹੋਣਗੀਆਂ। ਹੁਣ ਇਲੈਕਟ੍ਰੋਮੈਗਨੈਟਿਕ ਵੇਵਸ ਬੜੀ ਕਰੇਜ਼ ਹੁੰਦੀ ਹੈ ਕਿ ਇਲੈਕਟ੍ਰੋਮੈਗਨੈਟਿਕ ਵੇਵਸ ਨਾਮ ਬੜਾ ਲੈਂਦੇ ਹਾਂ ਅਸੀਂ ਕਿ ਇਲੈਕਟ੍ਰੋਮੈਗਨੈਟਿਕ ਵੇਵਸ ਸਨ ਤੋਂ ਆ ਰਹੀਆਂ ਨੇ, ਔਰ ਅਸੀਂ ਪ੍ਰੋਡਿਊਸ ਵੀ ਕਰਦੇ ਹਾਂ ਲੈਬ 'ਚ। ਐਕਚੁਅਲੀ ਇਹਨਾਂ ਦੇ ਸੋਰਸਿਸ ਹੈ ਕੀ ਨੇ, ਬਰੀਫ ਜਿਹੀ ਹਿਸਟਰੀ ਇਸ ਦੀ ਹੈ ਕਿ ਤੁਸੀਂ ਬੱਚੇ ਪੜ੍ਹਿਆ ਹੋਏਗਾ ਕਿ ਅਸੀਂ ਐਂਪੀਅਰ ਸਰਕਿਟਸ ਲਾਅ ਪੜ੍ਹਿਆ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਫੈਰਾਡੇਜ਼ ਲਾਅ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਪੜ੍ਹਿਆ, ਤੁਸੀਂ ਦੇਖਿਆ ਸੀ ਕਿ ਜਦੋਂ ਕਰੰਟ ਚੱਲਦਾ ਹੈ ਕਿਸੇ ਵੀ ਕੰਡਕਟਰ 'ਚੋਂ, ਇਟ ਪ੍ਰੋਡਿਊਸਿਸ ਮੈਗਨੈਟਿਕ ਫੀਲਡ। ਹੁਣ ਮੈਗਨੈਟਿਕ ਫੀਲਡ ਪ੍ਰੋਡਿਊਸ ਹੋ ਗਿਆ, ਕੀ ਇਸ ਦਾ ਕਨਵਰਸ ਵੀ ਟਰੂ ਹੈ, ਕੀ ਇਸ ਦਾ ਉਲਟਾ ਵੀ ਹੈ, ਹੋ ਸਕਦਾ ਹੈ ਕਿ ਇਲੈਕਟ੍ਰਿਕ ਫੀਲਡ ਕੈਨ ਪ੍ਰੋਡਿਊਸ ਮੈਗਨੈਟਿਕ ਫੀਲਡ? ਕਿਉਂਕਿ ਅਗਰ ਸਾਨੂੰ ਬੇਸਿਕ ਕੋਨਸੈਪਟ ਪਤਾ ਹੋਏਗਾ ਇਲੈਕਟ੍ਰੋਮੈਗਨੈਟਿਕ ਵੇਵਸ ਦੀ ਪ੍ਰੋਡਕਸ਼ਨ ਦਾ, ਤਾਂ ਅਸੀਂ ਅੱਗੇ ਇਸ ਚੈਪਟਰ ਨੂੰ ਔਰ ਖਾਸ ਕਰ ਕਮਿਊਨੀਕੇਸ਼ਨ ਨੂੰ ਕਰ ਸਕਦੇ ਹਾਂ। ਲੈਟਸ ਸੀ ਕਿ ਇਲੈਕਟ੍ਰਿਕ ਕਰੰਟ ਪ੍ਰੋਡਿਊਸਿਸ ਮੈਗਨੈਟਿਕ ਫੀਲਡ, ਆਲ ਆਫ ਵੀ ਨੋ। ਤੁਸੀਂ ਦੇਖਿਆ ਸੀ ਕਿ ਪੈਰਲਲ ਪਲੇਟ, ਅਸੀਂ ਜਦੋਂ ਦੋ ਪੈਰਲਲ ਕੰਡਕਟਰਸ ਲਏ ਸੀ, ਉਹਨਾਂ ਪੈਰਲਲ ਕੰਡਕਟਰ 'ਚ ਕੀ ਸੀ, ਇੱਕ ਦਾ ਮੈਗਨੈਟਿਕ ਫੀਲਡ ਦੂਸਰੇ ਦੇ ਮੈਗਨੈਟਿਕ ਫੀਲਡ 'ਤੇ ਐਕਟ ਕਰਦਾ ਸੀ। ਹੁਣ ਅਗਰ ਅਸੀਂ ਇਲੈਕਟ੍ਰਿਕ ਫੀਲਡ ਅਤੇ ਮੈਗਨੈਟਿਕ ਫੀਲਡ ਦੋਨੇ ਹੀ ਲੈਂਦੇ ਹਾਂ, ਅਗਰ ਉਹ ਚੇਂਜ ਨਹੀਂ ਹੁੰਦੇ ਵਿਦ ਰਿਸਪੈਕਟ ਟੂ ਟਾਈਮ, ਦੇ ਆਰ ਨੋਟ ਟਾਈਮ ਵੇਅਰਿੰਗ। ਹੁਣ ਟਾਈਮ ਵੇਅਰਿੰਗ ਆਪਾਂ ਬੱਚੋ ਰੇਟ ਦੀ ਗੱਲ ਕਰਦੇ ਹਾਂ, ਰੇਟ ਤੁਹਾਨੂੰ ਪਤਾ ਹੈ ਕਿ ਤੁਸੀਂ ਬਾਜ਼ਾਰ 'ਚ ਜਦੋਂ ਜਾਂਦੇ ਹੋ ਤੁਹਾਨੂੰ ਪੇਰੈਂਟਸ ਵੀ ਕਹਿ ਦਿੰਦੇ ਨੇ ਕਿ ਅੱਜ ਪੁੱਛ ਕੇ ਆਓ ਇਸ ਚੀਜ਼ ਦਾ ਰੇਟ ਕੀ ਹੈ, ਤੁਸੀਂ ਘਰ ਆ ਕੇ ਵੀ ਕਹਿ ਦਿੰਦੇ ਹੋ ਕਿ ਇਸ ਚੀਜ਼ ਦਾ ਰੇਟ ਇਸ ਤਰ੍ਹਾਂ ਦਾ ਹੈ। ਇਸ ਦਾ ਮਤਲਬ ਬਦਲਿਆ ਕੀ, ਸਮਾਂ, ਕਿਉਂਕਿ ਕੱਲ੍ਹ ਕੁਛ ਹੋਰ ਰੇਟ ਸੀ ਚੀਜ਼ ਦਾ, ਅੱਜ ਕੁਛ ਹੋਰ, ਪੈਸੇ ਬਦਲ ਗਏ, ਸਮਾਂ ਵੀ ਬਦਲਿਆ, ਤਾਂ ਇਸ ਦਾ ਮਤਲਬ ਉਹ ਕੀ ਬਣ ਗਿਆ, ਰੇਟ ਬਣ ਗਿਆ। ਤਾਂ ਇਸ ਦਾ ਮਤਲਬ ਜਦੋਂ ਕੀ ਹੈ ਕਿ ਸਾਡੇ ਕੋਲ ਇਲੈਕਟ੍ਰਿਕ ਫੀਲਡ ਅਤੇ ਮੈਗਨੈਟਿਕ ਫੀਲਡ, ਹੁਣ ਸਾਨੂੰ ਪਤਾ ਹੈ ਕਿ ਕਿਸੇ ਕੰਡਕਟਰ 'ਚੋਂ ਕਰੰਟ ਚੱਲਿਆ, ਇਟ ਪ੍ਰੋਡਿਊਸਿਸ ਮੈਗਨੈਟਿਕ ਫੀਲਡ, ਲੇਕਿਨ ਅਗਰ ਮੈਗਨੈਟਿਕ ਫੀਲਡ ਟਾਈਮ ਵੇਅਰਿੰਗ ਹੈ, ਉਹ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਕਰਦਾ ਕਿ ਨਹੀਂ ਕਰਦਾ, ਇਸ ਕੋਨਸੈਪਟ ਨੂੰ ਲੈ ਕੇ ਜਿਹੜੇ ਮੈਕਸਵੈਲ ਸਾਇੰਟਿਸਟ ਸੀ ਉਹਨਾਂ ਨੇ ਫਿਰ ਉਹ ਕੀਤਾ, ਕਹਿੰਦੇ ਕਿ ਅਗਰ ਅਸੀਂ ਇੱਕ ਸਿੰਪਲ ਸਟੇਸ਼ਨਰੀ ਚਾਰਜ ਲੈ ਲਈਏ, ਸਪੋਜ਼ ਤੁਸੀਂ ਦੇਖਿਆ ਤੁਸੀਂ ਇਲੈਕਟ੍ਰਿਕ ਲਾਈਨਸ ਆਫ ਫੋਰਸ ਡਰਾ ਕੀਤੀਆਂ, ਉਸ 'ਤੇ ਅਰਾਊਂਡ 90 ਡਿਗਰੀ 'ਤੇ ਬਾਹਰ ਆਉਂਦੀਆਂ ਸੀ, ਤਾਂ ਇਸ ਦਾ ਮਤਲਬ ਇਹ ਹੈ ਕਿ ਸਟੇਸ਼ਨਰੀ ਚਾਰਜ ਹੈ, ਚਾਰਜ ਮੂਵ ਨਹੀਂ ਕਰ ਰਿਹਾ, ਕਿਹੜੀ ਬ੍ਰਾਂਚ ਹੋ ਗਈ ਉਹ, ਇਲੈਕਟ੍ਰੋਸਟੈਟਿਕ। ਤਾਂ ਇਸ ਤਰ੍ਹਾਂ ਮੈਗਨੈਟੋਸਟੈਟਿਕ ਵੀ ਹੈ। ਤਾਂ ਅਗਰ ਸਾਡੇ ਕੋਲ ਜਿਹੜਾ ਮੈਗਨੈਟਿਕ ਫੀਲਡ ਹੈ ਉਹ ਨਹੀਂ ਬਦਲਦਾ, ਨਹੀਂ ਉਹ ਟਾਈਮ ਨਾਲ ਚੇਂਜ ਹੁੰਦਾ, ਤਾਂ ਸਾਡੇ ਕੋਲ ਇਲੈਕਟ੍ਰਿਕ ਫੀਲਡ ਨਹੀਂ ਹੋਏਗਾ। ਤਾਂ ਇਸ ਦਾ ਮਤਲਬ ਹੈ ਕਿ ਮੈਕਸਵੈਲ ਨੂੰ ਇਹ ਦੋ ਜਿਹੜੇ ਕੋਨਸੈਪਟ ਸੀ ਲੈ ਕੇ ਚੱਲਣਾ ਪਿਆ। ਉਹ ਕਹਿੰਦੇ ਕਿ ਅਗਰ ਦਾ ਮੈਗਨੈਟਿਕ ਫੀਲਡ ਵਿਦ ਰਿਸਪੈਕਟ ਟੂ ਟਾਈਮ ਚੇਂਜ ਹੁੰਦਾ, ਇਟ ਪ੍ਰੋਡਿਊਸਿਸ ਇਲੈਕਟ੍ਰਿਕ ਫੀਲਡ। ਅਗਰ ਇਲੈਕਟ੍ਰਿਕ ਫੀਲਡ ਚੇਂਜ ਹੁੰਦਾ ਵਿਦ ਰਿਸਪੈਕਟ ਟੂ ਮੈਗਨੈਟ ਟਾਈਮ, ਇਟ ਪ੍ਰੋਡਿਊਸਿਸ ਮੈਗਨੈਟਿਕ ਫੀਲਡ। ਸੋ ਇਟ ਮੀਨਸ ਇਫ ਬੋਥ ਆਰ ਦਾ ਟਾਈਮ ਵੇਅਰਿੰਗ ਥਿੰਗਸ ਆਰ ਦੇਅਰ, ਸੋ ਦੈਟ ਲੈਡ ਟੂ ਦਾ ਮੈਕਸਵੈਲ ਟੂ ਗਿਵ ਹਿਸ ਇਕੁਏਸ਼ਨਸ ਵਿਚ ਆਰ ਕਾਲਡ ਮੈਕਸਵੈਲ ਇਕੁਏਸ਼ਨਸ। ਲੇਕਿਨ ਮੈਕਸਵੈਲ ਨੂੰ ਇਕੁਏਸ਼ਨਸ ਆਪਣੀਆਂ ਚਾਰ ਬਣਾਉਣ ਲਈ ਇੱਕ ਕੋਨਸੈਪਟ ਯੂਜ਼ ਕਰਨਾ ਪਿਆ, ਦੈਟ ਵਾਜ਼ ਡਿਸਪਲੇਸਮੈਂਟ ਕਰੰਟ। ਹੁਣ ਡਿਸਪਲੇਸਮੈਂਟ ਕਰੰਟ ਹੈ ਕੀ? ਐਕਚੁਅਲੀ ਡਿਸਪਲੇਸਮੈਂਟ ਕਰੰਟ ਕੇ ਸਾਡੇ ਕੋਲ ਐਂਪੀਅਰ ਸਰਕਿਟਸ ਲਾਅ, ਤੁਸੀਂ ਪੜ੍ਹਿਆ ਹੈ ਬਟ ਕੀ ਹੈ ਸਾਡੇ ਕੋਲ ਐਂਪੀਅਰ ਸਰਕਿਟਸ ਲਾਅ, ਕਿ ਬੀ ਡੋਟ ਡੀ ਐਲ ਦੈਟ ਇਜ਼ ਮਿਊ ਨੋਟ ਇਨ ਟੂ ਆਈ।
लेकिन ओदे च इनकंसिस्टेंसी जड़ी रह गई सी उस नूं दूर करने लिए मैक्सवेल्स ने फिर एक कॉन्सेप्ट दिता ताकि वह कंसिस्टेंसी रहे कि साढ़े कोल वेयरिंग इलैक्ट्रिक फील्ड प्रोड्यूसेस ऑलसो मैगनेटिक फील्ड. तो फिर ही गेव हिज फोर इक्वेशंस. ठीक, इन इक्वेशंस की है इलैक्ट्रिक फील्ड भी है, मैगनेटिक फील्ड भी है, सोर्सेज भी है इन्ह के, तो डेंसिटीज भी है, चार्ज भी है, चार्ज डेंसिटी भी है. फर्स्ट इक्वेशन अगर तुम देखो ई डॉट डी एस, तुम फैमिलियर हो इस दे नाल, ई डॉट डी एस दैट इज़ नथिंग इज गॉसेज लॉ. सो ई डॉट डी एस दिस इज इक्वल टू क्यू ओवर एप्साइलॉन नॉट. इट मीन्स दिस इज द गॉसेज लॉ फर्स्ट इक्वेशन, दिस इज द फर्स्ट लॉ, दिस इज द फर्स्ट इक्वेशन दैट इज गिवन बाय द मैक्सवेल. सेकेंड इक्वेशन साढ़े को जड़ी है वह है बी डॉट डी एस, बी डॉट डी एस दैट इज इक्वल टू जीरो. इट्स वेरी इंपॉर्टेंट. हूँ फर्स्ट तो तुम्हें पता है कि ई डॉट डी एस दैट इज गॉसेज लॉ. की होंगे गॉसेज लॉ? इट स्टेट्स दैट द टोटल इलैक्ट्रिक फ्लक्स इनक्लोज्ड इन ए सरफेस दैट इज इक्वल टू द क्यू ओवर एप्सिलॉन नॉट. सो इट मीन्स के देयर आर द इलेक्ट्रिक लाइन्स ऑफ फोर्स एंड दे आर डिसकंटिन्यूस, दे स्टार्ट फ्रॉम वन एंड एंड दे एंड्स एट अनदर एंड. सो व्हाट्स अबाउट बी डॉट डी एस? दैट्स वेरी इंपॉर्टेंट. बी डॉट डी एस दिस इज इक्वल टू जीरो. व्हाट डज इट इंडिकेट? इट इंडिकेट दैट देयर आर नो मोनोपोल्स, सिंगल मैगनेटिक पोल एग्जिस्ट नहीं करते, क्योंकि वो तुसी इलैक्ट्रोस्टैटिक देखिए कि तुसी सिंगल चार्ज लैके इलैक्ट्रिक लाइन्स ऑफ फोर्स भी ड्रॉ कर लैंदे हो. जे माइनस चार्ज होंदा तां भी वो इनवर्ड्स कर देने हो, जे प्लस चार्ज होंदा तुसी आउटवर्ड नॉर्मल ड्रॉ ला लैंदे हो सरफेस तो. सो इट मीनस इन मैगनेटोस्टैटिक बी डॉट डी एस दैट इज इक्वल टू जीरो. इट मीनस के दीज आर द क्लोज्ड कर्व्स, मैगनेटिक लाइन्स ऑफ फोर्स आर क्लोज्ड कर्व्स, प्लीज नोट इट. And these closed curves, it means no monopole exists. The third equation, if you see, that is E dot dl. E dot dl, this is equal to minus d over dt, that is B dot ds. It means varying magnetic field, varying kala ni likhna, time varying magnetic field, it produces electric field. So time varying magnetic field produces electric field. बट द सैकेंड थिंग मैक्सवेल नूं एक होर जिहड़ा आइडिया आया कि टाइम वेयरिंग मैगनेटिक फील्ड तो इलैक्ट्रिक फील्ड प्रोड्यूस करता है. तो इस मीनस द साडे कोल जिहड़ा मैगनेटिक फील्ड है, अगर वह भी टाइम वेयरिंग है दैट प्रोड्यूस इलैक्ट्रिक फील्ड. तो उहदे च फिर एक डिसप्लेसमेंट करंट का कॉन्सैप्ट लिया. तुसीं देखो इस इक्वेशन च तुहानूं नज़र आएगा कि ई दैट इज़ म्यू नॉट, दिस इज आई करंट, कंडक्शन करंट, प्लस एप्साइलॉन नॉट डी फाई ओवर डी टी. इट मीन्स द फ्लक्स, अल्टीमेटली द फ्लक्स चेंजेस विच से दैट देयर इज अ चेंज इन द इलेक्ट्रिक फील्ड. सो इट मीन्स द चेंज ऑफ द इलेक्ट्रिक फील्ड इज अ सोर्स ऑफ मैग्नेटिक फील्ड, द चेंज ऑफ द मैग्नेटिक फील्ड इज अ सोर्स ऑफ इलेक्ट्रिक फील्ड. सो इट मीन्स दे आर द सोर्सेज ऑफ ईच अदर. If they are the sources of each other and moreover they are perpendicular to each other. So this perpendicular to each other and moreover they propagate. When they propagate in form of wave, and that wave is called the electromagnetic wave. So electromagnetic wave are those waves in which there is the variation of the electric field vector and the magnetic field vector sinusoidally, right angle to each other, and this wave they also propagate in the direction of the wave. If suppose magnetic field jada hai wo change hunda hai z direction ch, y direction ch sade kol electric field vector hai, ta jadi wave propagate kardi hai that is in the x directions. So then what are electromagnetic waves? So electromagnetic waves are those waves in which there is the time varying electric field and time varying magnetic field. They are the sources of each other and this sinusoidally changes, right angle to each other,
And when they propagate in form of electromagnetic wave. So, you can see this diagrammatically, draw bhi kar sakde ho. Aur jadon electromagnetic waves da tuhanu puchhya janda hai ki EM wave hai ki nahi. Agar utthe concept aanda hai ki ki kalla electric field produce kar sakda hai? No. Ki kalla magnetic field EM wave produce kar sakda? No. Both should be there. And moreover, they should be right angle to each other and they should also be the time varying because they are the sources of each other. Now, these are the electromagnetic waves. On electromagnetic waves, beta, tu see bahut dekhiya honiya ne, suniya ne, jis tarah tu see kehne ho ke mobile ch kediyan. Kai baar ek question aa janda hai ke puch lende ne bache ek dusre nu ya ek kis tarah diyan waves ne ya kinni frequency hundi hai. ठीक है सानू इस ते बारे थोड़ा जा क्लियर होना चाहिए हुण इलैक्ट्रोमैग्नेटिक वेव्स ਦਾ ਸਾਨੂੰ ਪਤਾ ਲੱਗ ਗਿਆ ਕਿ ਕੀ ਹੁੰਦੀਆਂ ਨੇ ਜਿਹਦੇ ਵਿੱਚ ਇਲੈਕਟ੍ਰਿਕ ਤੇ ਮੈਗਨੇਟਿਕ ਫੀਲਡ ਵੇਰੀ ਕਰਦੇ ਹੁਣ ਇਹਦੇ ਪ੍ਰਾਪਰਟੀਜ਼ ਕੀ ਨੇ ਕੀ ਮਤਲਬ ਇਹ ਪ੍ਰਾਪਰਟੀਜ਼ ਅੱਗੇ ਸਾਨੂੰ ਦੰਦੀਆਂ ਨੇ ਸਭ ਤੋਂ ਪਹਿਲੀ ਪ੍ਰਾਪਰਟੀ ਦਾ ਬੇਟਾ ਇਹ ਹੈ ਕਿ ਜਿਹੜੀਆਂ ਇਲੈਕਟ੍ਰੋਮੈਗਨੇਟਿਕ ਵੇਵਸ ਨੇ ਇਹਨਾਂ ਨੂੰ ਕਿਸੇ ਮਟੀਰੀਅਲ ਮੀਡੀਅਮ ਦੀ ਲੋਡ ਨਹੀਂ ਹੁੰਦੀ ਇਹ ਆਪਣੇ ਆਪ ਪਾਸ ਕਰ ਜਾਂਦੀਆਂ ਨੇ ਹੁਣ ਤੁਸੀਂ ਸਨ ਦੇਖੋ ਕਿੱਡਾ ਬੜਾ ਸੋਰਸ ਹੈ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨਸ ਦਾ ਕਿਤੇ ਵੈਕਿਊਮ ਵੀ ਹੈ ਕਿਤੇ ਮਟੀਰੀਅਲ ਮੀਡੀਅਮ ਆ ਜਾਂਦਾ ਕਿਤੇ ਡੈਂਸ ਹੈ ਕਿਤੇ ਆਇਨਾਈਜੇਸ਼ਨ ਬਹੁਤ ਹੈ ਤੁਸੀਂ ਆਇਨੋਸਫੀਅਰ ਪੜਿਆ ਹੋਊਗਾ ਤਾਂ ਇਸ ਦਾ ਮਤਲਬ ਇਹ ਹੈ ਕਿ ਜਿਹੜੀਆਂ ਇਲੈਕਟ੍ਰੋਮੈਗਨੇਟਿਕ ਵੇਵਸ ਨੇ ਦੇ ਡੋਂਟ ਰਿਕੁਆਇਰ ਐਨੀ ਮੀਡੀਅਮ ਫਾਰ ਦੇਅਰ ਪ੍ਰੋਪੀਗੇਸ਼ਨਸ ਇਫ ਦੇ ਡੋਂਟ ਰਿਕੁਆਇਰ ਐਨੀ ਮੀਡੀਅਮ ਫਾਰ ਦੇਅਰ ਪ੍ਰੋਪੀਗੇਸ਼ਨਸ ਦੇ ਹਾਰਡਲੀ ਬਾਦਰਸ ਕਿ ਕਿਤੇ ਕੋਈ ਮਟੀਰੀਅਲ ਮੀਡੀਅਮ ਡੈਂਸ ਹੈ ਨਹੀਂ ਹੈ ਆਇਨਾਈਜੇਸ਼ਨ ਹੈ ਨਹੀਂ ਹੈ ਘੱਟ ਹੈ ਜਾਂ ਵੱਧ ਹੈ ਇਹਨਾਂ ਨੂੰ ਕਿਸੇ ਨਹੀਂ ਔਰ ਇਹ ਬੜੀ ਇੰਪੋਰਟੈਂਟ ਚੀਜ਼ ਹੈ ਇਸ ਨੂੰ ਤੁਸੀਂ ਜ਼ਰੂਰ ਸਮਝਿਓ ਪ੍ਰਾਪਰਟੀਜ਼ ਨੂੰ ਕਿਉਂਕਿ ਦੀਜ਼ ਵਿਲ ਬੀ ਯੂਜ਼ਡ ਇਨ ਦਾ ਕਮਿਊਨੀਕੇਸ਼ਨ ਚੈਪਟਰ ਜਿਹੜਾ ਆਪਣਾ ਲਾਸਟ ਵਾਲਾ ਯੂਨਿਟ ਹੈ ਉਸ ਤੋਂ ਬਾਅਦ ਇਹ ਕਿ ਜਿੰਨੀਆਂ ਵੀ ਇਲੈਕਟ੍ਰੋਮੈਗਨੇਟਿਕ ਵੇਵਸ ਨੇ ਬੇਟਾ ਸਾਡੇ ਕੋਲ ਇਹ ਟ੍ਰਾਂਸਵਰਸ ਨੇਚਰ ਦੀਆਂ ਨੇ ਦੇ ਆਰ ਨਾਟ ਲੋਂਗੀਟਿਊਡਨਲ ਰਾਈਟ ਤਾਂ ਇਲੈਕਟ੍ਰੋਮੈਗਨੇਟਿਕ ਵੇਵਸ ਦੀ ਜਿਹੜੀ ਵੈਲੋਸਿਟੀ ਹੈ ਇਨ ਵੈਕਿਊਮ ਸਪੈਸ਼ਲੀ ਅਸੀਂ ਜਦੋਂ ਗੱਲ ਕਰੀਏ ਦੈਟ ਇਜ਼ ਇਕੁਅਲ ਟੂ ਤੁਸੀਂ ਵੈਲੋਸਿਟੀ ਆਫ ਲਾਈਟ ਪੜ੍ਹੀ ਹੈ ਲੋਅਰ ਕਲਾਸ ਤੋਂ ਪੜ੍ਹਦੇ ਆਏ ਹੋ ਕਿ 3×10⁻⁸ m³/s ਸੋ ਦੈਟ ਇਜ਼ ਇਕੁਅਲ ਟੂ ਸੀ ਸਮਾਲ ਸੀ ਲਿਖਣਾ ਬੇਟਾ ਕੈਪੀਟਲ ਕੀ ਸੀ ਨਹੀਂ ਯੂਜ਼ ਕਰਨਾ ਲੈਟਰਸ ਦਾ ਵੀ ਬਹੁਤ ਧਿਆਨ ਰੱਖਿਆ ਕਰੋ ਕਿਉਂਕਿ ਜਿੰਨੇ ਸਿੰਬਲਸ ਹੁੰਦੇ ਨੇ ਜਾਂ ਲੈਟਰਸ ਹੁੰਦੇ ਨੇ ਇਹਨਾਂ ਦੀ ਸਭ ਦੀ ਆਪਣੀ ਖਾਸ ਇੰਪੋਰਟੈਂਸ ਹੈ ਤੋ ਕੈਪੀਟਲ ਸੀ ਨਹੀਂ ਯੂਜ਼ ਕਰਨਾ ਸਮਾਲ ਸੀ ਦੈਟ ਇਜ਼ ਇਕੁਅਲ ਟੂ 1/√μ0ε0 ਸੋ ਐਪਸਾਈਲੋਨ ਨੋਟ ਪੜ੍ਹਿਆ ਹੈ ਇਲੈਕਟ੍ਰੋਸਟੈਟਿਕ 'ਚ ਤੁਸੀਂ ਪਰਮਿਟਿਵਿਟੀ ਫਰੀ ਸਪੇਸ ਪਰਮੀਏਬਿਲਿਟੀ ਸਾਡੇ ਕੋਲ μ0 ਹੈ ਮੈਗਨੇਟਿਜ਼ਮ 'ਚ ਤੁਸੀਂ ਪੜ੍ਹਿਆ ਹੈ ਵੈਲਿਊ ਸਬਸਟੀਚਿਊਟ ਕਰੀਏ ਅਸੀਂ 4π×10⁻⁷ ਸਾਡੇ ਕੋਲ μ0 ਦੀ ਜਿਹੜੀ ਵੈਲਿਊ ਹੈ ਐਪਸਾਈਲੋਨ ਨੋਟ 8.85×10⁻²⁰ √λ ਬੇਟਾ ਇਸ ਦਾ ਤੁਹਾਡੇ ਕੋਲ ਜਿਹੜੀ ਵੈਲਿਊ ਹੈ ਦੈਟ ਵਿਲ ਕਮ ਆਊਟ ਟੂ ਬੀ 3×10⁻⁸ m³/s ਤੋ ਇਸ ਦਾ ਮਤਲਬ ਬਹੁਤ ਇਹ 2-3 ਪ੍ਰੋਪਰਟੀਜ਼ ਤੁਹਾਨੂੰ ਬੇਸਿਕ ਬਹੁਤ ਯਾਦ ਰੱਖਣ ਵਾਲੀ ਜ਼ਰੂਰਤ ਹੈ ਕਿ ਜਿੰਨੀਆਂ ਵੀ ਇਲੈਕਟ੍ਰੋਮੈਗਨੇਟਿਕ ਵੇਵਸ ਨੇ ਦੇ ਆਲ ਟਰੈਵਲ ਵਿਦ ਦ ਸਪੀਡ ਆਫ ਲਾਈਟ ਐਂਡ ਦੇਅਰ ਵਿਲੋਸਟੀ ਸਪੀਡ ਦੈਟ ਇਜ਼ ਇਕੁਅਲ ਟੂ 3×10⁻⁸ m³/s ਐਂਡ ਦੈਟ ਇਜ਼ ਵੈਰੀ ਇੰਪੋਰਟੈਂਟ ਐਂਡ ਦੈਨ ਇਲੈਕਟ੍ਰੋਮੈਗਨੇਟਿਕ ਵੇਵਸ ਹੁਣ ਇਲੈਕਟ੍ਰੋਮੈਗਨੇਟਿਕ ਵੇਵਸ ਨੇ ਸਾਡੀਆਂ ਜਿਹੜੀਆਂ ਤੁਸੀਂ ਦੇਖਿਆ ਕਿ ਅਸੀਂ ਟਾਈਮ ਵੇਰਿੰਗ ਲਿਆ ਹੈ ਟਾਈਮ ਵੇਰਿੰਗ ਦਾ ਮਤਲਬ ਕੀ ਹੈ ਕਿ ਉੱਥੇ ਐਕਸਲਰੇਸ਼ਨ ਹੈ ਕਿਉਂਕਿ ਅਗਰ ਕੋਈ ਚਾਰਜ ਹੈ ਮੰਨ ਲਓ ਯੂਨੀਫਾਰਮ ਮੋਸ਼ਨ 'ਚ ਹੈ ਤੁਹਾਨੂੰ ਅੱਗੇ ਵੀ ਦੱਸ ਦਾਂਗੇ ਕਿ ਉਹ ਉੱਥੇ ਇਲੈਕਟ੍ਰੋਮੈਗਨੇਟਿਕ ਵੇਵਸ ਪ੍ਰੋਡਿਊਸ ਨਹੀਂ ਹੋਣਗੀਆਂ ਫੋਰ ਦੇਅਰ ਪ੍ਰੋਡਕਸ਼ਨਸ ਦ ਐਕਸਲਰੇਟਿੰਗ ਚਾਰਜਸ ਦੇ ਆਰ ਮਸਟ ਰਾਈਟ ਚਾਰਜ ਇਨ ਮੋਸ਼ਨ ਓਕੇ ਇਟ ਇਜ਼ ਦੇਅਰ ਇਨ ਮੋਸ਼ਨ ਬਟ ਦੈਟ ਮੋਸ਼ਨ ਸ਼ੁੱਡ ਬੀ ਨੋਨ ਜ਼ੀਰੋ ਐਕਸਲਰੇਸ਼ਨ ਨੋਨ ਜ਼ੀਰੋ ਐਕਸਲਰੇਸ਼ਨ ਮੀਨਸ ਐਕਸਲਰੇਸ਼ਨ ਬਹੁਤ ਜ਼ਰੂਰੀ ਹੈ ਯੂਨੀਫਾਰਮ ਮੋਸ਼ਨ ਇਕੱਲਾ ਨਹੀਂ ਉੱਥੇ ਹੋਏਗਾ ਕਿਉਂਕਿ ਯੂਨੀਫਾਰਮ ਮੋਸ਼ਨ 'ਚ ਤੁਹਾਡੇ ਕੋਲ ਐਕਸਲਰੇਸ਼ਨ ਤਾਂ ਹੈ ਹੀ ਨਹੀਂ ਅਗਰ ਤੁਸੀਂ ਉਹਦਾ ਟਾਈਮ ਰੇਟ ਆਫ ਚੇਂਜ ਕੱਢੋਗੇ d/dt ਕੱਢੋਗੇ ਕਿਸੇ ਵੀ ਕਾਂਸਟੈਂਟ ਦਾ ਯੂਨੀਫਾਰਮ ਹੈ ਦੈਟ ਵਿਲ ਬੀ ਜ਼ੀਰੋ ਕਿਉਂਕਿ ਅਗਰ ਵਿਲੋਸਟੀ ਕਾਂਸਟੈਂਟ ਆ ਸਪੋਜ਼ ਅਸੀਂ ਐਕਸਲਰੇਸ਼ਨ ਕੱਢਦੇ ਹਾਂ ਦੈਟ ਇਜ਼ dv/dt v ਇਜ਼ ਕਾਂਸਟੈਂਟ ਇਫ v ਇਜ਼ ਕਾਂਸਟੈਂਟ ਡਜ਼ ਨਾਟ ਚੇਂਜ ਵਿਦ ਦ ਟਾਈਮ ਇਟ ਮੀਨਸ ਦ ਕਾਂਸਟੈਂਟ ਹੈਜ਼ ਸਮ ਵੈਲਿਊ ਬਟ ਲੇਕਿਨ ਵਿਦ ਰਿਸਪੈਕਟ ਟੂ ਟਾਈਮ ਜਿਹੜੀ ਉਸ ਦੀ ਸਾਡੇ ਕੋਲ ਹੈ ਇਟ ਵਾਂਟ
change and that will be zero. Electromagnetic waves, jada sade kol electric te magnetic fields de sade kol amplitude ne beta. Amplitudes, they are related by amplitudes. They are related by amplitudes ke C is equal to E naught over B naught. Electric field, the jada amplitude hai divided by magnetic field the amplitude. Aur eh relations yaad rakhyo, kyunki jinne bhi sade kol numericals ne ohde ch eh numerical week bahut important hai aur khaas karke tusi jadon communication da chapter karoge ohde ch eh numericals bahut important. The electric jadi velocity hai, yes, velocity alag alag medium ch alag alag hoegi. Is da matlab dielectric agar assi lenne ha, in dielectric the velocity of the electromagnetic waves is less, it is less than 3 into 10 raised to the power 8 meter per second. To iska matlab sade kol jehdi electromagnetic waves ne material medium nahi chahida, velocity of light nal chaldiyan ne, inna de electric magnetic field de jehde amplitude ne they are related with C is equal to E naught over B naught. ਉਸ ਤੋਂ ਬਾਅਦ ਇਲੈਕਟ੍ਰੋਮੈਗਨੈਟਿਕ ਵੇਵਸ, ਹੁਣ ਜਦੋਂ ਵੇਵ ਚੱਲੀ ਬੇਟਾ ਐਨਰਜੀ ਵੀ ਕੁਛ ਹੋਏਗੀ, ਮੋਮੈਂਟਮ ਵੀ ਕੁਛ ਹੋਏਗਾ, ਕਿਉਂਕਿ ਤੁਸੀਂ ਪਲੱਸ 1 ਚ ਵੀ ਪੜਿਆ ਹੈ. ਪਰ ਇਹਦੇ ਚ ਕੀ ਹੈ ਕਿ ਤੁਸੀਂ ਦੇਖਿਆ ਕਿ ਇਲੈਕਟ੍ਰੋਮੈਗਨੈਟਿਕ ਵੇਵਸ ਦੀ ਪ੍ਰੋਡਕਸ਼ਨ ਚ ਕੀ ਸੀ ਕਿ ਇਲੈਕਟ੍ਰਿਕ ਐਂਡ ਦਾ ਮੈਗਨੈਟਿਕ ਫੀਲਡ ਵੈਕਟਰਸ ਦੇ ਆਰ ਔਰ ਦਾ ਇਲੈਕਟ੍ਰਿਕ ਫੀਲਡ ਔਰ ਦਾ ਮੈਗਨੈਟਿਕ ਫੀਲਡ ਟਾਈਮ ਵੇਰਿੰਗ ਦੇ ਆਰ ਦਾ ਸੋਰਸ ਆਫ ਈਚ ਅਦਰ. ਇਫ ਦੇ ਆਰ ਦਾ ਸੋਰਸ ਆਫ ਈਚ ਅਦਰ ਇਟ ਮੀਨਸ the energy, ਜਿਹੜੀ energy ਹੈ ਹੁਣ wave ਚੱਲੇਗੀ naturally, ਸਾਡੇ ਕੋਲ energy ਵੀ distribution ਹੋਏਗੀ, the energy will be equally distributed among the electric as the magnetic energy. So their relations you know very well. So this is 1 over 2, right? So 1 over 2, this is E square, ਬੇਟਾ ਇਸ ਦਾ subscript ਨਹੀਂ ਹੈ superscript, ਉੱਤੇ E square, this is epsilon naught. This is equal to 1 over mu naught B square over 2. So this is not E2, that is E square. ठीक है? तो इसका मतलब क्या है कि energy equally distributed. अगर energy equally distributed है, तो अगर ऐसी उसे momentum दी गल करिए, क्योंकि जदों हुण wave चलेगी, naturally कोई wave आई, किसे surface ते उसने strike किता, जदों surface ते strike करेगी, it will impart some momentum. So that momentum, agar assi energy liye that is u, to momentum sade kol ki ho gaya ke that is u over c. But this is on complete absorption. Agar o wave I, o absorb hogi, complete absorption se usda momentum kinna hoya? U over c, which u is called, that is called the energy, right? And c is the velocity of light. Lekin agar o wave reflect ho jandi hai kise surface to, अगर सानू मान लो सी टी च या कितने क्वेश्चन आता है, क्योंकि दीज आर क्वेश्चन आर वेरी इंपॉर्टेंट फ्रॉम कॉम्पीटिशन पॉइंट ऑफ व्यू, कि अगर वो वेव रिफ्लैक्ट होगी फिर कितना मोमेंटम इम्पार्ट होएगा. सो दैट मोमेंटम इज इक्वल टू 2u, क्योंकि एक बार स्ट्राइक की वापस गई दैट इज 2u डिवाइडेड बाय c. लेकिन अगर तुम्हें कोई पूछता है या तुहाडे इस दिमाग च आता है कि फिर ये सानू जिहड़ा लीनियर मोमेंटम है ये सानू मतलब नज़र जा क्यों नहीं आता या प्रेशर नज़र क्यों नहीं आता, ठीक है? तो प्रेशर सानू इसलिए नज़र नहीं आता बेटा क्योंकि जड़ी एग्जर्ट कर दिया कोई भी चीज़ प्रेशर, हुण तुसी मान लो सपोज साइकिल हवा भरदे हो, स्कूटर हवा भरदे हो, जदों प्रेशर नू तुसी उसनू दबदे हो देखो किन्नी तेज़ उसका प्रेशर होंदा, ठीक है? सो अगर वेव आती है कोई आपां नू क्यों नहीं महसूस होंदा इलैक्ट्रोमैगनैटिक वेव का प्रेशर, द रीज़न इज क्वाइट क्लीयर कि जड़ी वेलोसिटी ऑफ लाइट है बेटा वो बहुत ज़्यादा है. C इज इक्वल टू 3 × 10⁻⁸ मीटर पर सेकेंड. हुण तुसी अगर इस इक्वेशन च देखो, इफ यू सी दैट P इज इक्वल टू U ओवर C, हुण तुसी अगर C नाल डिवाइड करोगे इस चीज़ नू, नैचुरली दिस प्रेशर अमाउंट विल बी वेरी लैस. प्रेशर एग्जर्ट जरूर किया लेकिन आपां नू महसूस नहीं होया. आपां नू दूसरा प्रेशर क्यों महसूस हो रहा है? क्योंकि वो प्रेशर जड़ा है उसते वेलोसिटी नाल डिवाइड नहीं हो रहा, ये वेलोसिटी ऑफ लाइट नाल डिवाइड हो रहा. और तुहानू पता है कि वेलोसिटी मेरा ख्याल इस यूनिवर्स तुसी देखो कि कोई भी चीज़ इस तो फास्ट नहीं चल सकती. तो इसका मतलब की है कि अगर सी टी तुहानू इदां दा कोई क्वेश्चन आता है कि गैस दीज इलैक्ट्रोमैगनैटिक वेव्स एग्जर्ट प्रेशर
but we don't observe sanu nahi mehsoos hunda kyon nahi hunda reason quite clear tusi bilkul sidha tick hi us nu karna hai ke because the velocity of light is very very large that is 3 into 10 raised to the power 8 meter per second if it is very large naturally it will be divided and you will get very less values theek hun electromagnetic waves ne beta these are uncharged if they are uncharged ਪਤਾ ਹੈ ਤੁਹਾਨੂੰ ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡ ਜਿਹੜੇ ਨੇ ਇਹਦੇ 'ਤੇ ਇਫੈਕਟ ਨਹੀਂ ਕਰਨਗੇ ਠੀਕ ਤਾਂ ਇਲੈਕਟ੍ਰਿਕ ਫੀਲਡ ਵੈਕਟਰ ਇੱਕ ਪ੍ਰੋਪਰਟੀ ਹੈ ਸਾਡੇ ਕੋਲ ਦੈਟ ਇਜ਼ ਰਿਸਪੋਂਸੀਬਲ ਫੋਰ ਆਪਟੀਕਲ ਇਫੈਕਟਸ ਸਾਡੀ ਆਈ ਨੂੰ ਆਪਟੀਕਲ ਇਫੈਕਟਸ ਤਾਂ ਇਸ ਲਈ ਇਸ ਨੂੰ ਲਾਈਟ ਵੈਕਟਰ ਵੀ ਕਹਿ ਦਿੰਦੇ ਨੇ ਇਸ ਨੂੰ ਤੁਸੀਂ ਮਤਲਬ ਇਹ ਨਹੀਂ ਮਹਿਸੂਸ ਕਰਨਾ ਕਿ ਸਾਨੂੰ ਪਤਾ ਨਹੀਂ ਹੈ ਕਿਉਂਕਿ ਕਈ ਵਾਰ ਉੱਥੇ ਕੁਸਚਨ ਇੱਕ ਨੰਬਰ ਦਾ ਆ ਜਾਂਦੇ ਕਿ ਵਟ ਇਜ਼ ਲਾਈਟ ਵੈਕਟਰ ਤੁਸੀਂ ਬਿਲਕੁਲ ਸਟ੍ਰੇਟਵੇ ਲਿਖ ਦੇਣਾ ਹੈ ਕਿ ਸਾਡੇ ਕੋਲ ਜਿਹੜਾ ਇਲੈਕਟ੍ਰਿਕ ਵੈਕਟਰ ਹੈ ਉਹ ਸਾਡੇ ਕੋਲ ਸੈਂਸਿਟਿਵ ਟੂ ਸਾਨੂੰ ਆਈ ਦਾ ਵਿਜ਼ੀਬਲ ਇਫੈਕਟ ਕਰਕੇ ਆਪਟੀਕਲ ਇਫੈਕਟਸ ਕਰਕੇ ਉਸ ਨੂੰ ਇਲੈਕਟ੍ਰੋਮੈਗਨੈਟਿਕ ਵੇਵ 'ਚ ਅਸੀਂ ਲਾਈਟ ਵੈਕਟਰ ਵੀ ਕਹਿ ਦਿੰਦੇ ਹਾਂ ਠੀਕ ਸੋ ਦੀਜ਼ ਆਰ ਦਾ ਡਿਫਰੈਂਟ ਪ੍ਰੋਪਰਟੀਜ਼ ਆਫ ਇਲੈਕਟ੍ਰੋਮੈਗਨੈਟਿਕ ਵੇਵਸ ਤਾਂ ਇਹ ਬਹੁਤ ਯਾਦ ਰੱਖਣਾ ਹੈ ਮੈਂ ਤੁਹਾਨੂੰ ਸਟ੍ਰੈਸ ਪਾ ਰਿਹਾ ਹਾਂ ਕਿ ਯੂ ਹੈਵ ਟੂ ਰਿਮੈਂਬਰ ਦੀਜ਼ ਟੂ ਦਿਸ ਇਜ਼ energy is equally distributed because numericals you will get in CET especially I am talking aur ode ch vi tuhanu in numerical aayega that this is e square ithe likh lena hai this is subscript nahi hai superscript hai beta this is 1 over mu not b square over 2 and then you have to remember this equation this is very very important these two things kyunki utthe sanu fir lagda hai ki shayad books ch nahi hai ya sanu nahi karaya ਪਰ ਇਹ ਦੋ ਰਿਲੇਸ਼ਨਸ ਤੁਸੀਂ ਬਹੁਤ ਯਾਦ ਰੱਖਣਾ ਠੀਕ ਹੈ ਪ੍ਰੈਸ਼ਰ ਕਿਉਂ ਨਹੀਂ ਐਗਜ਼ਰਟ ਹੋਇਆ ਇੱਕ ਵਾਰ ਫਿਰ ਰਿਪੀਟ ਕਰ ਦਿੰਦੇ ਹਾਂ ਕਿਉਂਕਿ ਜਿਹੜੀ ਵੈਲੋਸਿਟੀ ਆਫ ਲਾਈਟ ਹੈ ਦੈਟ ਇਜ਼ ਵੈਰੀ ਲਾਰਜ ਸੀ ਇਜ਼ ਵੈਰੀ ਲਾਰਜ ਰਾਈਟ ਉਸ ਤੋਂ ਬਾਅਦ ਹੈ ਬੇਟਾ ਕਿ ਸੋਰਸਿਸ ਕੀ ਨੇ ਇਲੈਕਟ੍ਰੋਮੈਗਨੈਟਿਕ ਵੇਵਸ ਹੁਣ ਆਪਾਂ ਨੂੰ ਪਤਾ ਲੱਗ ਗਿਆ ਇਲੈਕਟ੍ਰੋਮੈਗਨੈਟਿਕ ਵੇਵਸ ਕੀ ਹੁੰਦੀਆਂ ਨੇ ਉਸ ਤੋਂ ਬਾਅਦ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਨੇ ਇਸ ਦੇ ਸੋਰਸਿਸ ਕੀ ਨੇ ਠੀਕ ਹੈ ਨਾ ਹੁਣ ਤੁਸੀਂ ਪੜ੍ਹਿਆ ਹੈ ਕਿ ਜਿਹੜਾ ਸਟੇਸ਼ਨਰੀ ਚਾਰਜ ਹੈ ਇੱਕ ਚਾਰਜ ਹੈ ਇਲੈਕਟ੍ਰੋਸਟੈਟਿਕ ਸ਼ੁਰੂ ਹੈ ਉਸ ਤੋਂ ਕਰਦੇ ਹੋ ਤੁਸੀਂ ਪਲੱਸ ਟੂ ਕਿ ਜਿਹੜਾ ਇਲੈਕਟ੍ਰੋਸਟੈਟਿਕ ਹੈ ਚਾਰਜ ਸਟੇਸ਼ਨਰੀ ਹੈ ਮੂਵ ਨਹੀਂ ਕਰਦਾ ਇਟ ਇਜ਼ ਦਾ ਸੋਰਸ ਆਫ ਇਲੈਕਟ੍ਰੋਸਟੈਟਿਕ ਫੀਲਡ ਠੀਕ ਹੈ ਉਹਦੇ ਤੋਂ ਆਇਆ ਇਲੈਕਟ੍ਰੋਸਟੈਟਿਕ ਫੀਲਡ ਚਾਰਜ ਮੂਵ ਨਹੀਂ ਕਰ ਰਿਹਾ ਕੀਪ ਇਨ ਮਾਈਂਡ ਇਟ ਇਜ਼ ਨਾਟ ਮੂਵਿੰਗ ਦੈਟ ਇਜ਼ ਸਟੇਸ਼ਨਰੀ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਉਸ ਤੋਂ ਬਾਅਦ ਇਸ ਸ਼ਬਦ ਨੂੰ ਵੀ ਬੜਾ ਧਿਆਨ 'ਚ ਰੱਖਣਾ ਹੈ ਕਰੰਟਸ ਨਹੀਂ ਲਿਖਣਾ ਬੇਟਾ ਇਕੱਲਾ ਦੀਜ਼ ਆਰ ਦਾ ਸਟੱਡੀ ਕਰੰਟਸ ਧਿਆਨ ਇਹ ਰੱਖਣਾ ਹੈ ਅਗਰ ਤੁਹਾਨੂੰ ਉੱਥੇ ਕੁਸਚਨ ਆ ਜਾਂਦਾ ਕਿ ਕੈਨ ਸਟੱਡੀ ਕਰੰਟਸ ਪ੍ਰੋਡਿਊਸ ਇਲੈਕਟ੍ਰੋਮੈਗਨੈਟਿਕ ਵੇਵਸ ਬਿਲਕੁਲ ਸਿੱਧਾ ਸਟ੍ਰੇਟ ਫਾਰਵਰਡ ਲਿਖੋ ਨੋ ਵਾਈ ਬਿਕੋਜ਼ ਸਟੱਡੀ ਦਾ ਮਤਲਬ ਹੀ ਹੈ ਬੇਟਾ ਕਿ ਵਿਚ ਇਜ਼ ਨਾਟ ਚੇਂਜਿੰਗ ਵਿਦ ਰਿਸਪੈਕਟ ਟੂ ਟਾਈਮ ਇਫ ਇਟ ਇਜ਼ ਨਾਟ ਚੇਂਜਿੰਗ ਵਿਦ ਰਿਸਪੈਕਟ ਟੂ ਟਾਈਮ ਦੈਟ ਇਜ਼ ਨਾਟ ਅ ਸੋਰਸ ਕਿਉਂਕਿ ਆਪਾਂ ਜਦੋਂ ਇਲੈਕਟ੍ਰੋਮੈਗਨੈਟਿਕ ਵੇਵਾਂ ਸ਼ੁਰੂ ਕੀਤਾ ਮੈਂ ਤੁਹਾਨੂੰ ਦੱਸਿਆ ਸੀ ਕਿ ਟਾਈਮ ਵੇਰਿੰਗ ਮੈਗਨੈਟਿਕ ਫੀਲਡ ਹੋਣਾ ਚਾਹੀਦਾ ਹੈ ਔਰ ਟਾਈਮ ਵੇਰਿੰਗ ਇਲੈਕਟ੍ਰਿਕ ਫੀਲਡ ਹੋਣਾ ਚਾਹੀਦਾ ਦੇ ਆਰ ਦਾ ਸੋਰਸਿਸ ਆਫ ਈਚ ਅਦਰ ਲੇਕਿਨ ਅਗਰ ਸਟੇਸ਼ਨਰੀ ਚਾਰਜ ਹੈ ਉਹ ਇਲੈਕਟ੍ਰੋਸਟੈਟਿਕ ਫੀਲਡ ਜ਼ਰੂਰ ਪ੍ਰੋਡਿਊਸ ਕਰੇਗਾ ਅਗਰ ਸਾਡੇ ਕੋਲ ਸਟੱਡੀ ਕਰੰਟਸ ਹੈ ਉਹ ਮੈਗਨੈਟਿਕ ਫੀਲਡ ਜ਼ਰੂਰ ਪ੍ਰੋਡਿਊਸ ਕਰੇਗਾ ਪਰ ਇਲੈਕਟ੍ਰੋਮੈਗਨੈਟਿਕ ਵੇਵ ਪ੍ਰੋਡਿਊਸ ਨਹੀਂ ਕਰੇਗਾ ਇਹ ਦੋ ਆਈਡੀਆਜ਼ ਨੂੰ ਲੈ ਕੇ ਫਿਰ ਇਲੈਕਟ੍ਰੋਮੈਗਨੈਟਿਕ ਵੇਵਸ ਕਿਸ ਤਰ੍ਹਾਂ ਪ੍ਰੋਡਿਊਸ ਹੋਣਗੇ ਦੈਟ ਵਾਸ ਗਿਵਨ ਬਾਏ ਮੈਕਸਵੈਲਸ ਉਹ ਕਹਿੰਦੇ ਜੀ ਕਿ ਚਾਰਜ ਹੈ ਜਿਹੜਾ ਉਹ ਐਕਸਲਰੇਟ ਹੋਣਾ ਚਾਹੀਦਾ ਹੈ ਕਿ ਐਕਸਲਰੇਟ ਚਾਰਜ ਕੈਨ ਓਨਲੀ ਪ੍ਰੋਡਿਊਸ ਦਾ ਇਲੈਕਟ੍ਰੋਮੈਗਨੈਟਿਕ ਵੇਵਸ ਹੁਣ ਇਹ ਵੇਵਸ ਤਾਂ ਪ੍ਰੋਡਿਊਸ ਹੋ ਗਈਆਂ ਇਹਨਾਂ ਦੀ એનર્ਜੀ ਕਿੱਥੋਂ ਆਏਗੀ ਦਾ એનર્ਜੀ ਵਿਲ ਆਲਸੋ ਕਮ ਫਰਮ ਦਾ ਸੋਰਸ ਸੋਰਸ ਕੀ ਹੈ ਮੂਵਿੰਗ ਚਾਰਜ ਤਾਂ ਇਸ ਦਾ ਮਤਲਬ ਕਿ ਜਿੰਨੀ ਕੁ એનર્ਜੀ ਉਹਦੇ ਨਾਲ ਐਸੋਸੀਏਟਡ ਹੈ ਦੈਟ ਵਿਲ ਬੀ ਇਕੁਅਲੀ ਡਿਸਟ੍ਰੀਬਿਊਟਡ ਹੁਣੇ ਕੀਤਾ ਆਪਾਂ ਇਟ ਇਜ਼ ਇਕੁਅਲੀ ਡਿਸਟ੍ਰੀਬਿਊਟਡ ਅਮੰਗ ਦਾ ਟੂ ਫੀਲਡਸ ਰਾਈਟ so therefore the energy will come from the source right now hun is the frequency kidda pata lagegi kyunki electromagnet tusi radio vi dekhe hone tv vi dekhe tusi roz karde ho remote control naal tusi ki karde ho tusi ek switch on kita ek channel aa gaya us channel di beta apni ek frequency hai oh frequency har channel nu aapo apni ditti hai to tusi sirf frequency select kiti ਅੱਗੇ ਐਂਪਲੀਫਾਇਰ ਪ੍ਰੀ ਐਂਪਲੀਫਾਇਰਸ ਲੱਗੇ ਹੁੰਦੇ ਨੇ ਉਹਨਾਂ ਨੇ ਸਿਗਨਲ ਨੂੰ ਬੂਸਟ ਅਪ ਕੀਤਾ ਐਂਡ ਯੂ ਵਿਲ ਗੈਟ ਔਨ ਦਾ ਯੋਰ ਡੈਸਕਟਾਪ ਸਕਰੀਨਸ 'ਤੇ ਤੁਹਾਡੇ ਆ ਜਾਂਦਾ ਹੈ ਹੁਣ ਉਹ ਫ੍ਰੀਕੁਐਂਸੀ ਕਿੰਨੀ ਹੋਏਗੀ
ਕਿਉਂਕਿ ਤੁਸੀਂ ਅਗਰ ਐਫ ਐਮ ਬੈਂਡ ਦੇਖੋ ਤੁਸੀਂ ਘਰਾਂ 'ਚ ਵੀ ਨੇ ਔਰ ਅੱਜ ਕੱਲ੍ਹ ਕਾਰਾਂ 'ਚ ਵੀ ਲਗਵਾਉਂਦੇ ਨੇ ਸਾਰੇ ਐਫ ਐਮ ਬੈਂਡ ਔਰ ਐਫ ਐਮ ਰੇਡੀਓ ਉਹਦੇ 'ਚ ਕੀ ਹੈ ਕਿ ਉਹਦੀ ਫਰੀਕੁਐਂਸੀ ਕਿੰਨੀ ਕੁ ਹੈ ਅਗਰ ਸਿਗਨਲ ਤਕਰੀਬਨ 90 ਮੈਗਾ ਹਰਟਸ ਤੋਂ ਲੈ ਕੇ 110 ਮੈਗਾ ਹਰਟਸ ਤੱਕ 90 ਮੈਗਾ ਹਰਟਸ ਤੋਂ ਲੈ ਕੇ ਕਿਉਂਕਿ ਫਰੀਕੁਐਂਸੀ ਦਾ ਯੂਨਿਟ ਤੁਹਾਨੂੰ ਪਤਾ ਹਰਟਸ ਹੁੰਦੇ ਨੇ ਤੋ ਅਗਰ 90 ਮੈਗਾ ਹਰਟਸ ਤੋਂ ਲੈ ਕੇ 110 ਮੈਗਾ ਹਰਟਸ ਤੱਕ ਫਰੀਕੁਐਂਸੀਜ਼ ਹੈ ਤਾਂ ਐਫ ਐਮ ਬੈਂਡ ਦਾ ਰੇਡੀਓ ਹੈ ਜਿਹੜਾ ਉਹ ਤੁਸੀਂ ਸੁਣ ਸਕਦੇ ਹੁਣ ਇੱਥੇ ਇਲੈਕਟ੍ਰੋਮੈਗਨੈਟਿਕ ਵੇਵਸ ਦੀ ਕਿੰਨੀ ਕੁ ਫਰੀਕੁਐਂਸੀ ਹੋਏਗੀ ਜਿਸ ਫਰੀਕੁਐਂਸੀ ਨਾਲ ਇਹ ਚਾਰਜ ਜਿਹੜਾ ਓਸੀਲੇਟ ਕਰਦਾ ਹੈ ਦੈਟ ਵਿਲ ਬੀ ਦਾ ਫਰੀਕੁਐਂਸੀ ਨੋਟ ਇਟ ਪਲੀਜ਼ ਦੇਰ ਆਰ ਟੂ ਵੈਰੀ ਇੰਪੋਰਟੈਂਟ ਪੁਆਇੰਟਸ ਕਿ ਵਟ ਇਜ਼ ਦਾ ਐਨਰਜੀ ਆਫ ਦਿਸ ਦਾ ਐਨਰਜੀ ਇਜ਼ ਵਟ ਇਜ਼ ਦਾ ਐਨਰਜੀ ਐਸੋਸੀਏਟਡ ਵਿਦ ਦਾ ਸੋਰਸ ਸੋਰਸ ਕੀ ਹੈ ਐਕਸਲਰੇਟਡ ਚਾਰਜ ਨਾ ਵਟ ਇਜ਼ ਦਾ ਫਰੀਕੁਐਂਸੀ ਫਰੀਕੁਐਂਸੀ ਇਜ਼ ਆਲਸੋ ਦਾ ਫਰੀਕੁਐਂਸੀ ਵਿਦ ਵਿਚ ਦਿਸ ਚਾਰਜ ਪਾਰਟੀਕਲ ਇਜ਼ ਓਸੀਲੇਟਿੰਗ ਦੈਟ ਫਰੀਕੁਐਂਸੀ ਇਜ਼ ਗਿਵਨ ਬਾਏ ਤੁਸੀਂ ਰਿਲੇਸ਼ਨਸ ਵੀ ਤੁਹਾਡੇ ਕੋਲ ਹੈ ਕਿ 1/2π√LC ਠੀਕ ਹੈ ਉੱਥੋਂ ਤੁਸੀਂ ਫਰੀਕੁਐਂਸੀ ਹੈ ਜਿਹੜੀ ਅਸੀਂ ਲਿਖ ਸਕਦੇ ਹਾਂ ਤੋ ਇਹ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਦੀ ਇਹ ਪ੍ਰੋਡਕਸ਼ਨ ਸੀ ਬੇਟਾ ਇਹ ਆਪਾਂ ਚਾਰ ਇਕੁਏਸ਼ਨਸ ਵੀ ਕੀਤੀਆਂ ਦੀਜ਼ ਆਰ ਆਲ ਥਰੈਟੀਕਲ ਐਕਸਪ੍ਰੈਸ਼ਨਸ ਹੁਣ ਤੁਹਾਨੂੰ ਪਤਾ ਕਿ ਸਾਇੰਸ 'ਚ ਤੁਹਾਡੇ ਵੀ ਪੀਰੀਅਡਸ ਲੱਗਦੇ ਨੇ ਥਿਊਰੀ ਦੇ ਵੀ ਹੁੰਦੇ ਨੇ ਲੇਕਿਨ ਸਾਈਡ ਬਾਏ ਸਾਈਡ ਪ੍ਰੈਕਟੀਕਲਸ 'ਤੇ ਵੀ ਹੁੰਦੇ ਤੋ ਇਸ ਨੂੰ ਪ੍ਰੈਕਟੀਕਲ ਸ਼ੇਪ 'ਚ ਲਿਆਉਣ ਲਈ ਸਾਡੇ ਕੋਲ ਇੱਕ ਸਾਇੰਟਿਸਟ ਸੀਗੇ ਹਰਟਸ ਉਹਨਾਂ ਨੇ ਇੱਕ ਸਾਨੂੰ ਐਕਸਪੈਰੀਮੈਂਟ ਡੈਮੋਸਟ੍ਰੇਟ ਕੀਤਾ ਉਸ ਐਕਸਪੈਰੀਮੈਂਟ ਦੇ ਨਾਲ ਇਹ ਐਕਚੁਅਲੀ ਹੈ ਕਿ ਅਗਰ ਤੁਹਾਨੂੰ ਉੱਥੇ ਪੁੱਛਿਆ ਜਾਂਦਾ ਹੈ ਕਿ ਜਿਹੜਾ ਹਰਟਸ ਦਾ ਐਕਸਪੈਰੀਮੈਂਟ ਹੈ ਇਸ ਦੀ ਫਿਜ਼ੀਕਲ ਇੰਪੋਰਟੈਂਸ ਕੀ ਹੈ ਇਸ ਦੀ ਫਿਜ਼ੀਕਲ ਇੰਪੋਰਟੈਂਸ ਬੇਟਾ ਇਹ ਹੈ ਕਿ ਜਿਹੜਾ ਸਾਡੇ ਕੋਲ ਹਰਟਸ ਐਕਸਪੈਰੀਮੈਂਟ ਹੈ ਦੈਟ ਇਜ਼ ਇਟ ਗਿਵਸ ਦਾ ਪ੍ਰੈਕਟੀਕਲ ਫਾਰਮ ਟੂ ਦਿਸ ਥਰੈਟੀਕਲ ਫਾਰਮ ਵਿਚ ਆਰ ਗਿਵਨ ਬਾਏ ਦਾ ਮੈਕਸਵੈਲ ਇੱਕ ਐਕਸਪੈਰੀਮੈਂਟ ਪਰਫੋਰਮ ਕੀਤਾ ਗਿਆ ਇਸ ਐਕਸਪੈਰੀਮੈਂਟ ਨੂੰ ਫਿਗਰ ਨੂੰ ਬੇਟਾ ਧਿਆਨ ਨਾਲ ਦੇਖੋ ਸਾਡੇ ਕੋਲ ਇਹ ਦੋ ਪਲੇਟਸ ਨੇ ਪਲੇਟ ਏ ਐਂਡ ਪਲੇਟ ਬੀ ਤਕਰੀਬਨ ਇਹਨਾਂ ਦਾ ਡਿਸਟੈਂਸ ਜਦੋਂ ਇਹ ਡੈਮੋਸਟ੍ਰੇਟ ਕੀਤਾ ਗਿਆ ਦੈਟ ਵਾਜ 60 ਸੈਂਟੀਮੀਟਰ ਅਬਾਊਟ ਤੋ 60 ਸੈਂਟੀਮੀਟਰਸ 'ਤੇ ਮੈਟਲ ਪਲੇਟਸ ਰੱਖ ਕੇ ਦੀਜ਼ ਆਰ ਦਾ ਮੈਟਲ ਪਲੇਟਸ ਕਾਪਰ ਜ਼ਿੰਕ ਇਸ ਮੈਟਲ ਪਲੇਟਸ ਨੂੰ ਰੱਖਿਆ ਇਹਦੇ 'ਚ ਇਹ ਦੀਜ਼ ਪਲੇਟਸ ਆਰ ਕਨੈਕਟਡ ਬਾਏ ਇਫ ਯੂ ਸੀ ਦੀਜ਼ ਟੂ ਦੀਜ਼ ਆਰ ਦਾ ਮੈਟਲ ਰੋਡਸ ਥਿੱਕ ਥੋੜ੍ਹੀਆਂ ਜਿਹੀਆਂ ਮੈਟਲ ਰੋਡਸ ਜਾਂ ਵਾਇਰਸ ਲਈਆਂ ਗਈਆਂ ਐਂਡ ਹੇਅਰ ਦਾ ਗੈਪ ਵਾਜ ਇਨਸਰਟਡ ਬਿਟਵੀਨ ਦੀਜ਼ ਟੂ ਐਂਡ ਦਿਸ ਗੈਪ ਹੇਅਰ ਐਸ ਵਨ ਐਂਡ ਐਸ ਟੂ ਦੀਜ਼ ਆਰ ਦਾ ਸਫੀਅਰਸ ਮਟੈਲਿਕ ਸਫੀਅਰਸ ਐਂਡ ਦਿਸ ਹੋਲ ਥਿੰਗ ਇਜ਼ ਕਨੈਕਟਡ ਟੂ ਏ ਇੰਡਕਸ਼ਨ ਕੋਇਲ ਇੰਡਕਸ਼ਨ ਕੋਇਲ ਕਿਉਂਕਿ ਸਾਨੂੰ ਜਿਹੜੀ ਵੋਲਟੇਜ ਚਾਹੀਦੀ ਸੀ ਥੋੜ੍ਹੀ ਜਿਹੀ ਹੈਵੀ ਸੈਵਰਲ ਥਾਊਜੈਂਡ ਵੋਲਟਸ ਅਸੀਂ ਇੱਥੇ ਅਪਲਾਈ ਕੀਤੀ ਤੋ ਉਸ ਤੋਂ ਬਾਅਦ ਹੋਇਆ ਕੀ ਕਿ ਜਦੋਂ ਇੰਡਕਸ਼ਨ ਕੋਇਲ ਉਹ ਕੀਤੀ ਸਾਡੇ ਕੋਲ ਟਾਈਮ ਵੇਰਿੰਗ ਇਲੈਕਟ੍ਰਿਕ ਫੀਲਡ ਇੱਥੇ ਜਿਹੜਾ ਮੈਗਨੈਟਿਕ ਅਤੇ ਇਲੈਕਟ੍ਰਿਕ ਫੀਲਡ ਸੋਰਸ ਬਣੇ ਇਹ ਸੋ ਇਹ ਐੱਸ ਔਰ ਐੱਸ ਵਨ ਔਰ ਐੱਸ ਟੂ ਦੇ ਵਿੱਚ ਇੱਕ ਸਪਾਰਕ ਵੀ ਗੈਟ ਏ ਸਪਾਰਕ ਟਾਈਪ ਔਫ ਤੁਹਾਨੂੰ ਪਤਾ ਜਦੋਂ ਸਪਾਰਕਿੰਗ ਹੋਏਗੀ ਦੇਰ ਇਜ਼ ਐਕਸਾਈਟੇਸ਼ਨਸ ਨੈਚੁਰਲੀ ਐਕਸਾਈਟੇਸ਼ਨਸ ਮੀਨਸ ਕਿ ਜਦੋਂ ਐਕਸਾਈਟੇਸ਼ਨ ਹੋਏਗੀ ਤਾਂ ਸਾਡੇ ਕੋਲ ਈ ਐੱਮ ਵੇਵਸ ਪ੍ਰੋਡਿਊਸ ਹੋਣਗੀਆਂ ਸੋ ਦੀਜ਼ ਈ ਐੱਮ ਵੇਵਸ ਵਰ ਪ੍ਰੋਡਿਊਸਡ ਐਂਡ ਈ ਐੱਮ ਵੇਵਸ ਹੁਣ ਪ੍ਰੋਡਿਊਸ ਹੋਈਆਂ ਹਾਊ ਟੂ ਡਿਟੈਕਟ ਇਟ ਦ ਡਿਟੈਕਟਰ ਵਾਜ ਯੂਜ਼ਡ ਹੇਅਰ ਇਫ ਯੂ ਸੀ ਦਿਸ ਇਜ਼ ਅ ਰਿੰਗ ਦਿਸ ਇਜ਼ ਅ ਮਟੈਲਿਕ ਰਿੰਗ ਇਸ ਮਟੈਲਿਕ ਰਿੰਗ ਨੂੰ ਵੀ ਇੱਥੇ ਸੀ ਅਤੇ ਡੀ ਸਾਡੇ ਕੋਲ ਦੋ ਉਹ ਨੇ ਦੇ ਆਰ ਦ ਮਟੈਲਿਕ ਰਿੰਗਸ ਦ ਮਟੈਲਿਕ ਰਿੰਗਸ ਦੇ ਆਰ ਕਨੈਕਟਡ ਕਿਉਂ ਕਨੈਕਟ ਕੀਤੇ ਬੇਟਾ ਮਟੈਲਿਕ ਰਿੰਗਸ ਠੀਕ ਹੈ ਇਹ ਮਟੈਲਿਕ ਰਿੰਗਸ ਦੇ ਨਾਲ ਆ ਦੋ ਸਫੀਅਰਸ ਸੀ ਐਂਡ ਡੀ ਕਿਉਂਕਿ ਇਕੱਲੇ ਰਿੰਗ ਨਾਲ ਸਾਡੇ ਕੋਲ ਡਿਟੈਕਟ ਨਹੀਂ ਹੋਣੀ ਤੋ ਇਹ ਇਸ ਲਈ ਕਨੈਕਟ ਕੀਤੇ ਕਿਉਂਕਿ ਜਿਹੜੀ ਸਪਾਰਕ ਸਾਡੇ ਕੋਲ ਐੱਸ ਵਨ ਔਰ ਐੱਸ ਟੂ ਦੇ ਵਿੱਚ ਪ੍ਰੋਡਿਊਸ ਹੋਈ ਹੁਣ ਐੱਸ ਸੀ ਔਰ ਡੀ ਦੇ ਵਿੱਚ ਉਹੀ ਸਪਾਰਕ ਅਗਰ ਅਸੀਂ ਰਿਸੀਵ ਕਰਨੀ ਹੈ ਤਾਂ ਇੱਥੇ ਬੜਾ ਹੈਵੀ ਮੈਗਨੈਟਿਕ ਫੀਲਡ ਹੈ ਜਿਹੜਾ ਉਹ ਲਿੰਕ ਹੁੰਦਾ ਇਸ ਡਿਟੈਕਟਰ ਦੇ ਨਾਲ ਤਾਂ ਉਹ ਕੀ ਕਰੇਗਾ ਬਹੁਤ ਜ਼ਿਆਦਾ ਮੈਗਨੈਟਿਕ ਫਲਕਸ ਪ੍ਰੋਡਿਊਸ ਕਰੇਗਾ ਤਾਂ ਫਲਕਸ ਤੁਹਾਨੂੰ ਪਤਾ ਬੇਟਾ ਡੀ ਫਾਈ ਓਵਰ ਡੀ ਟੀ ਜਦੋਂ ਡੀ ਓਵਰ ਡੀ ਟੀ ਅਸੀਂ ਕਰ ਲਿਆ ਨੈਚੁਰਲੀ ਫਿਰ ਸਾਡੇ ਮਾਇੰਡ 'ਚ ਇੱਕੋਦਮ ਗੱਲ ਆ ਜਾਣੀ ਚਾਹੀਦੀ ਹੈ ਕਿ ਇਟ ਇਜ਼ ਅ ਟਾਈਮ ਵੇਰਿੰਗ ਸੋ ਟਾਈਮ ਵੇਰਿੰਗ ਹੈ ਇਲੈਕਟ੍ਰੋਮੈਗਨੈਟਿਕ ਵੇਵਸ ਨੇ ਐਂਡ ਵੀ ਕੈਨ ਡਿਟੈਕਟ ਇਟ ਆਹ ਜਿਹੜਾ ਲੇਕਿਨ ਇੱਥੇ ਡਿਸਟੈਂਸ ਹੈ ਐੱਸ ਵਨ ਔਰ ਐੱਸ ਟੂ ਦੇ ਵਿੱਚ ਦੈਟ ਇਜ਼ ਹਾਰਡਲੀ 2-3 ਸੈਂਟੀਮੀਟਰਸ ਜ਼ਿਆਦਾ ਗੈਪ ਨਹੀਂ ਹੁੰਦਾ
ਔਰ ਇਸ ਨੂੰ ਨਾ ਇੱਕ ਹੋਰ ਵੀ ਨਾਮ ਤੁਸੀਂ ਦੇ ਸਕਦੇ ਹੋ, ਮੰਨ ਲਓ ਉੱਥੇ ਆ ਸਕਦਾ, ਇਸ ਨੂੰ ਤੁਸੀਂ ਗੈਪ ਆਸੀਲੇਟ ਸਪਾਰਕ ਗੈਪ ਆਸੀਲੇਟਰਸ ਵੀ ਕਹਿ ਦਿੰਦੇ ਨੇ। ਅਗਰ ਉੱਥੇ ਕੁਐਸਚਨ ਆ ਜਾਂਦਾ ਹੈ, ਮੰਨ ਲਓ ਹਰਟਜ਼ ਐਕਸਪੈਰੀਮੈਂਟ ਨਹੀਂ ਲਿਖਿਆ, ਗੈਪ ਆਸੀਲੇਟਰ ਐਕਸਪੈਰੀਮੈਂਟ ਲਿਖਿਆ, ਤੁਸੀਂ ਨਹੀਂ ਘਬਰਾਉਣਾ, ਤੁਸੀਂ ਸਿਰਫ ਇਹੀ ਲਿਖਣਾ ਹੈ ਕਿਉਂਕਿ ਇਹਦੇ 'ਚ ਇੱਕ ਗੈਪ ਹੈ, ਉਹ ਗੈਪ ਕਰਕੇ ਹੀ ਇਸ ਨੂੰ ਗੈਪ ਆਸੀਲੇਟਰਸ ਦਾ ਨਾਮ ਦਿੱਤਾ ਹੈ, ਕਿਉਂਕਿ ਕਈ ਬੁੱਕਸ 'ਚ ਹੁੰਦਾ, ਕਈ 'ਚ ਨਹੀਂ ਹੁੰਦਾ, ਤਾਂ ਇਸ ਕਰਕੇ ਯੂ ਹੈਵ ਟੂ ਰਿਮੈਂਬਰ। ਠੀਕ ਹੈ, ਤਾਂ ਵਟ ਇਜ਼ ਹਰਟਜ਼ ਐਕਸਪੈਰੀਮੈਂਟ, ਕਿ ਇਟ ਗਿਵਸ ਦਾ ਪ੍ਰੈਕਟੀਕਲ ਸ਼ੇਪ ਟੂ ਦਾ ਮੈਕਸਵੈਲਸ ਥਰੈਟੀਕਲ ਪੋਰਸ਼ਨਸ, ਰਾਈਟ? ਸੋ ਇਟ ਮੀਨਸ ਦਾ ਇਲੈਕਟ੍ਰੋਮੈਗਨੈਟਿਕ ਵੇਵਸ ਦੀਸ ਆਰ ਪ੍ਰੋਡਿਊਸਡ ਐਂਡ ਵੀ ਵਿਲ ਗੈਟ ਫਰੋਮ ਦਾ ਹਰਟਜ਼ ਐਕਸਪੈਰੀਮੈਂਟਸ। ਹੁਣ ਸਾਡੇ ਕੋਲ ਇਲੈਕਟ੍ਰੋਮੈਗਨੈਟਿਕ ਵੇਵਸ ਵੀ ਬਣ ਗਈਆਂ, ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਇਲੈਕਟ੍ਰੋਮੈਗਨੈਟਿਕ ਵੇਵਸ ਨੂੰ ਅਸੀਂ ਰਿਸੀਵ ਕਿਸ ਤਰ੍ਹਾਂ ਕਰਨਾ, ਡਿਟੈਕਟ ਕਿਸ ਤਰ੍ਹਾਂ ਕਰਨਾ ਹੈ। ਲੇਕਿਨ ਅਗਰ ਸਾਨੂੰ ਕੋਈ ਪੁੱਛਦਾ ਹੈ ਕਿ ਇਲੈਕਟ੍ਰੋਮੈਗਨੈਟਿਕ ਵੇਵਸ ਦਾ ਜਿਹੜਾ ਸਪੈਕਟ੍ਰਮ ਹੈ ਇਨ ਇਨਕਰੀਜ਼ਿੰਗ ਆਰਡਰ, ਕਿਉਂਕਿ ਲਾਸਟ ਈਅਰ ਵੀ ਇਹ ਕੁਐਸਚਨ ਆਇਆ ਸੀ ਕਿ 3-4 ਵੇਵਸ ਦੇ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਪੁੱਛਿਆ ਜਾਂਦਾ ਕਿ ਰਾਈਟ ਇਟ ਇਨ ਅਸੈਂਡਿੰਗ ਆਰਡਰਸ ਔਰ ਇਨ ਡਿਸੈਂਡਿੰਗ ਆਰਡਰਸ, ਜਾਂ ਫਿਰ ਇਸ ਅਸੈਂਡਿੰਗ ਔਰ ਡਿਸੈਂਡਿੰਗ ਆਰਡਰਸ ਨੂੰ ਕੀ ਕਹਿੰਦੇ ਨੇ। ਅਗਰ ਤੁਸੀਂ ਕਿਸੇ ਵੀ ਇਸ ਪੈਟਰਨ ਨੂੰ, ਅਗਰ ਆਪਾਂ ਇਲੈਕਟ੍ਰੋਮੈਗਨੈਟਿਕ ਵੇਵਸ ਦੀ ਗੱਲ ਕਰ ਰਹੇ ਹਾਂ, ਇਲੈਕਟ੍ਰੋਮੈਗਨੈਟਿਕ ਵੇਵਸ ਦਾ ਅਗਰ ਆਰਡਰਲੀ ਅਰੇਂਜਮੈਂਟ ਲੈ ਲਈਏ ਅਸੀਂ, ਆਰਡਰਲੀ ਅਰੇਂਜਮੈਂਟ ਕਿਸ ਤਰ੍ਹਾਂ ਲੈਣਾ, ਜਾਂ ਤਾਂ ਤੁਸੀਂ ਵੇਵ ਲੈਂਥ ਘੱਟ ਵੇਵ ਲੈਂਥ ਤੋਂ ਵੱਧ ਵੇਵ ਲੈਂਥ ਕੰਨੀ ਜਾਓ, ਜਾਂ ਫਿਰ ਵੱਧ ਵੇਵ ਲੈਂਥ ਤੋਂ ਘੱਟ ਵੇਵ ਲੈਂਥ ਕੰਨੀ। ਇਟ ਮੀਨਸ ਜਿੱਧਰ ਵੇਵ ਲੈਂਥ ਵਧੇਗੀ ਫ੍ਰੀਕੁਐਂਸੀ ਘੱਟ ਜਾਏਗੀ, ਜਿੱਧਰ ਫ੍ਰੀਕੁਐਂਸੀ ਘੱਟ ਜਾਏਗੀ ਵੇਵ ਲੈਂਥ ਵੱਧ ਜਾਏਗੀ। ਤਾਂ ਇਸ ਅਰੇਂਜਮੈਂਟ ਨੂੰ ਇਫ ਵੀ ਆਰਡਰਲੀ ਡਿਸਟ੍ਰੀਬਿਊਸ਼ਨ ਆਫ ਇਲੈਕਟ੍ਰੋਮੈਗਨੈਟਿਕ ਵੇਵਸ ਅਸੀਂ ਲੈਂਦੇ ਹਾਂ, ਦੈਟ ਇਜ਼ ਕਾਲਡ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ। ਤਾਂ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਸਾਨੂੰ ਆਉਣਾ ਚਾਹੀਦਾ ਹੈ, ਕਿਉਂਕਿ ਇਹਦੇ ਨਾਲ ਸਾਨੂੰ ਬੜੀਆਂ ਚੀਜ਼ਾਂ ਕਲੀਅਰ ਇਹ ਹੋ ਜਾਂਦੀਆਂ ਨੇ ਕਿ ਕਿਸ ਦੀ ਫ੍ਰੀਕੁਐਂਸੀ ਵੱਧ ਹੈ, ਕਿਸ ਦੀ ਫ੍ਰੀਕੁਐਂਸੀ ਘੱਟ ਹੈ, ਕਿਸ ਦੀ ਵੇਵ ਲੈਂਥ ਵੱਧ ਹੈ, ਕਿਸ ਦੀ ਵੇਵ ਲੈਂਥ ਘੱਟ ਹੈ। ਔਰ ਸਾਨੂੰ ਯਾਦ ਕਰਨਾ ਵੀ ਇਹ ਸੌਖਾ ਹੋ ਜਾਂਦਾ ਕਿ ਇਹਨਾਂ ਦੀਆਂ ਯੂਜਿਸ ਤਕਰੀਬਨ ਕਿਹੜੀਆਂ ਔਰ ਕਿੱਥੇ ਨੇ, ਕਿਉਂਕਿ ਅਗਰ ਅਸੀਂ ਆਰਡਰਲੀ ਨਹੀਂ ਰੱਖਾਂਗੇ ਤਾਂ ਸਾਨੂੰ ਪਤਾ ਨਹੀਂ ਲੱਗੇਗਾ। ਤਾਂ ਅਗਰ ਅਸੀਂ ਇਸ ਨੂੰ ਫ੍ਰੀਕੁਐਂਸੀ ਦੇਖੀਏ, ਸਭ ਤੋਂ ਵੱਧ ਫ੍ਰੀਕੁਐਂਸੀ ਬੇਟਾ ਗਾਮਾ ਰੇਜ਼ 'ਤੇ ਹੁੰਦੀ ਹੈ। ਹੁਣ ਗਾਮਾ ਰੇਜ਼ ਹੈ ਕੀ ਨੇ, ਕਿੱਥੋਂ ਆਉਂਦੀਆਂ ਨੇ, ਯੂਜਿਸ ਕੀ ਨੇ, ਵੀ ਹੈਵ ਟੂ ਬੀ ਵੈਰੀ ਕਲੀਅਰ, ਸਾਨੂੰ ਪਤਾ ਹੋਣਾ ਚਾਹੀਦਾ ਹੈ। ਗਾਮਾ ਰੇਜ਼ ਦਾ ਜਿਹੜਾ ਸੋਰਸ ਹੈ ਤੁਸੀਂ ਯਾਦ ਰੱਖਣਾ ਹੈ, ਦੈਟ ਸੋਰਸ ਇਜ਼ ਏ ਨਿਊਕਲੀਆਈ, ਇਹ ਟੂਲ ਹੈ ਨਿਊਕਲੀਆਈ, ਇਸ ਇਹਦੇ 'ਚੋਂ ਹੀ ਨਿਕਲਦੀਆਂ ਨੇ। ਜਦੋਂ ਰੇਡੀਓ ਐਕਟਿਵ ਨਿਊਕਲੀਆਈ ਕੋ ਵੀ ਲੈ ਲਓ ਤੁਸੀਂ, ਜਾਂ ਫਿਰ ਸਾਡੇ ਕੋਲ ਜਦੋਂ ਨਿਊਕਲੀਅਰ ਫਿਊਸ਼ਨ ਫਿਊਜ਼ਨ ਨਿਊਕਲੀਅਰ ਰਿਐਕਸ਼ਨਸ ਹੁੰਦੇ ਨੇ, ਗਾਮਾ ਰੇਜ਼ ਆਰ ਪ੍ਰੋਡਿਊਸਡ। ਔਰ ਗਾਮਾ ਰੇਜ਼ ਦੀ ਫ੍ਰੀਕੁਐਂਸੀ ਬੜੀ ਲਾਰਜ ਹੁੰਦੀ ਹੈ, ਦੈਟ ਇਜ਼ 10^2 ਅਬਾਊਟ 22 ਹਰਟਸ, ਇੰਨੀ ਲਾਰਜ ਫ੍ਰੀਕੁਐਂਸੀ 20-22 ਹਰਟ, ਦੈਟ ਇਜ਼ ਅ ਵੈਰੀ ਲਾਰਜ ਫ੍ਰੀਕੁਐਂਸੀ, ਹਰਟਸ ਦੀ ਗੱਲ ਕਰ ਰਹੇ ਹਾਂ, ਔਰ 10 ਦੀਆਂ ਪਾਵਰਸ ਦੇਖ ਲਓ ਕਿੰਨੀਆਂ ਹੋਣਗੀਆਂ, ਪਰ ਇਸ ਦੀ ਵੇਵ ਲੈਂਥ ਬਹੁਤ ਘੱਟ ਹੋਏਗੀ। ਇਸੇ ਕਰਕੇ ਇਸ ਦੀ ਪੈਨੀਟ੍ਰੇਟਿੰਗ ਪਾਵਰ ਬਹੁਤ ਜ਼ਿਆਦਾ ਬੇਟਾ। ਇੱਕ ਕੁਐਸਚਨ ਹੈ, ਮੈਂ ਦੇਖਿਆ ਕਿ ਇੱਕ ਬੁੱਕ 'ਚ ਸੀ, ਇੱਕ ਕਿਸੇ ਕੁਐਸਚਨ ਪੇਪਰ 'ਚ ਪਾਇਆ ਸੀ, ਬੱਚਿਆਂ ਨੇ ਐਕਸਰੇਜ਼ ਲਿਖਤਾ, ਐਕਸਰੇਜ਼ ਦੀਆਂ ਨਹੀਂ ਹੁੰਦੀਆਂ, ਪੈਨੀਟ੍ਰੇਟਿੰਗ ਪਾਵਰ ਗਾਮਾ ਰੇਜ਼ ਦੀ ਸਭ ਤੋਂ ਵੱਧ ਹੁੰਦੀ ਹੈ। ਔਰ ਤੁਸੀਂ ਨੋਟ ਵੀ ਕਰ ਲਓ ਕਿ ਗਾਮਾ ਰੇਜ਼ ਆਰ ਮੋਰ ਪੈਨੀਟ੍ਰੇਟਿੰਗ, ਰਾਈਟ, ਪੈਨੀਟ੍ਰੇਸ਼ਨਸ ਬਹੁਤ ਜ਼ਿਆਦਾ ਹੈ। ਪ੍ਰੋਡਕਸ਼ਨ ਤੁਹਾਨੂੰ ਦੱਸੀ ਹੈ ਕਿ ਨਿਊਕਲੀਅਰ ਹੈ ਜਿਹੜਾ ਸਾਡੇ ਕੋਲ, ਨਿਊਕਲੀਆਈ ਹੈ, ਰੇਡੀਓ ਐਕਟਿਵ ਨਿਊਕਲੀਆਈ, ਨਿਊਕਲੀਅਰ ਫਿਊਸ਼ਨ ਜਾਂ ਫਿਊਜ਼ਨ, ਉਹਦੇ 'ਚੋਂ ਇਸ ਦਾ ਸਾਨੂੰ ਇਹ ਪੈਦਾ ਹੁੰਦੀਆਂ ਨੇ। ਔਰ ਇਹ ਇਹਨਾਂ ਦੀ ਯੂਜਿਸ ਕਿਨੇ, ਵਟ ਆਰ ਦਾ ਯੂਜਿਸ ਆਫ ਦਿਸ, ਠੀਕ ਹੈ। ਪੈਨੀਟ੍ਰੇਸ਼ਨ ਬਹੁਤ ਜ਼ਿਆਦਾ ਹੈ, ਪੈਨੀਟ੍ਰੇਸ਼ਨ ਜ਼ਿਆਦਾ ਹੋਣ ਦੇ ਨਾਲ ਫਿਰ ਕੀ ਹੈ, ਇਸ ਦਾ ਮਤਲਬ ਜਿਹੜੇ ਸਾਡੇ ਟਿਊਮਰਸ ਨੇ, ਇਨ ਕੇਸ ਆਫ ਮੈਡੀਕਲ ਰਿਸਰਚ ਅਗਰ ਅਸੀਂ ਗੱਲ ਕਰੀਏ, ਟਿਊਮਰਸ ਨੇ ਸਾਡੇ ਕੋਲ, ਜਾਂ ਫਿਰ ਸਾਡੇ ਕੋਲ ਕੈਂਸਰਸ ਜਿੰਨੀਆਂ ਵੀ ਡਿਸੀਜ਼ ਹੁੰਦੀਆਂ ਨੇ, ਉਹਦੇ 'ਚ ਇਸ ਨੂੰ ਬਹੁਤ ਯੂਜ਼ ਕਰਦੇ ਨੇ। ਦੇ ਆਰ ਯੂਜ਼ਡ ਇਟ ਏ ਵੈਰੀ, ਮੀਨਸ ਇਫ ਯੂ ਗੋ ਟੂ ਵੈਰੀ ਬਿਗ ਹੋਸਪਿਟਲਸ ਲਾਈਕ PGI ਐਂਡ ਅਦਰ ਏਮਸ, ਦਿਸ ਦ ਸਪੈਸ਼ਲ ਪਲਾਂਟਸ ਆਰ ਸੈਟ ਅਪ ਫੋਰ ਗਾਮਾ ਰੇਜ਼, ਐਂਡ ਦੀਸ ਆਰ ਯੂਜ਼ਡ ਫੋਰ ਦਿਸ ਪਰਪਸ, ਠੀਕ ਹੈ। ਇਸ ਨੂੰ ਸਟਰਲਾਈਜੇਸ਼ਨ ਲਈ ਵੀ ਅਸੀਂ ਯੂਜ਼ ਕਰਦੇ ਹਾਂ ਗਾਮਾ ਰੇਜ਼ ਨੂੰ। ਦੈਨ ਕਮਸ ਐਕਸਰੇਜ਼, ਤੁਸੀਂ ਬੜਾ ਫੈਮਿਲੀਅਰ ਹੋ ਇਸ ਨੂੰ ਐਕਸਰੇਜ਼, ਕਿਉਂਕਿ ਡਾਕਟਰ ਜਦੋਂ ਮੈਡੀਕਲ ਡਾਇਗਨੋਸ ਕਰਦੇ ਨੇ ਤਾਂ ਐਕਸਰੇਜ਼ ਜ਼ਰੂਰ ਰਿਕਮੈਂਡ ਕੀਤਾ ਜਾਂਦਾ ਹੈ। ਹੁਣ ਐਕਸਰੇਜ਼ ਦਾ ਨਾ ਤੁਸੀਂ ਸਿਰਫ ਇਸ ਨੂੰ ਮੈਡੀਕਲ ਉਸ ਤੋਂ ਹੀ ਨਾ ਸਮਝਿਆ ਕਰੋ, ਉੱਥੇ ਤਾਂ ਇਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਹੀ, ਕਿਉਂਕਿ ਲਾਈਫ ਸੇਵਿੰਗ ਇਸ ਤੋਂ ਉੱਪਰ ਤਾਂ ਕੁਛ ਵੀ ਨਹੀਂ ਹੈ। ਪਰ ਅਗਰ ਜਿਹੜੇ ਨੋਨ ਮੈਡੀਕਲ ਦੇ ਸਟੂਡੈਂਟਸ ਨੇ, ਪਲੀਜ਼ ਕੀਪ ਇਨ ਮਾਈਂਡ ਕਿ ਇੰਜੀਨੀਅਰਿੰਗ 'ਚ ਇਸ ਦਾ ਇੰਨੀ ਜ਼ਿਆਦਾ ਇੰਪੋਰਟੈਂਸ ਹੈ ਕਿ ਜਿਹੜੇ ਫਿਨਿਸ਼ਡ ਮਟੀਰੀਅਲ ਹੁੰਦੇ ਨੇ ਨਾ ਬੇਟਾ, ਸਪੋਜ਼ ਇੱਕ ਅਸਾਈਨਮੈਂਟ ਤਿਆਰ ਕਰ ਲਈ, ਉਹ ਅਮੈਰੀਕਾ ਜਾਣੀ ਹੈ, ਕੈਨੇਡਾ ਜਾਣੀ ਹੈ,
ਹੁਣ ਉਹਦੇ 'ਚ ਜਿੰਨੇ ਫਲਾਸ ਨੇ ਜਿੰਨੇ ਕਰੈਕਸ ਨੇ ਕੁਛ ਡਿਟੈਕਟ ਕਰਨਾ ਕਿਉਂਕਿ ਅਸਾਈਨਮੈਂਟ ਦਾ ਤਾਂ ਕੋਈ ਉਹ ਦਿੱਤਾ ਹੁੰਦਾ ਕਿ ਸਾਡੇ ਆਹ ਪੈਰਾਮੀਟਰਸ ਨੇ ਇਹਦੇ ਮੁਤਾਬਕ ਹੋਣੀ ਚਾਹੀਦੀ ਅਦਰਵਾਈਜ਼ ਇਟ ਵਿਲ ਬੀ ਰਿਜੈਕਟਡ ਸੋ ਐਕਸਰੇਜ਼ ਆਰ ਸਪੈਸ਼ਲੀ ਯੂਜ਼ਡ ਦੇਅਰ ਟੂ ਡਿਟੈਕਟ ਫਲਾਸ ਐਂਡ ਦਿਸ ਐਂਡ ਮੋਰ ਓਵਰ ਇਨ ਕ੍ਰਿਸਟਲੋਗ੍ਰਾਫੀ ਦੈਟ ਇਜ਼ ਆਲਸੋ ਯੂਜ਼ਡ ਐਕਸਰੇਜ਼ ਹੁਣ ਐਕਸਰੇਜ਼ ਪ੍ਰੋਡਿਊਸ ਤੁਹਾਨੂੰ ਪਤਾ ਹੀ ਹੈ ਐਕਸਰੇ ਪਲਾਂਟਸ ਲੱਗੇ ਹੁੰਦੇ ਨੇ ਲੇਕਿਨ ਤੁਹਾਨੂੰ ਨਹੀਂ ਪਤਾ ਉਸ ਪਲਾਂਟਸ 'ਚ ਕਿਸ ਤਰ੍ਹਾਂ ਹੁੰਦਾ ਅਗਰ ਬੇਟਾ ਕੋਈ ਬਹੁਤ ਹੀ ਫਾਸਟ ਮੂਵਿੰਗ ਹਾਈਲੀ ਐਨਰਜੈਟਿਕ ਇਲੈਕਟ੍ਰੋਨ ਆ ਰਿਹਾ ਹੈ ਠੀਕ ਹੈ ਉਸ ਹਾਈਲੀ ਐਨਰਜੈਟਿਕ ਪਾਰਟੀਕਲ ਨੂੰ ਸਟੋਪ ਕਰ ਲਿਆ ਜਾਂਦਾ ਹੈ ਕੋਈ ਮੈਟਲ ਟਾਰਗੇਟ ਲੈ ਲਿਆ ਸੀ ਹਾਈ ਐਟੋਮਿਕ ਨੰਬਰ ਦਾ ਅਗਰ ਉਹ ਸਟੋਪ ਕਰ ਲਏਗਾ ਦੈਨ ਦਾ ਐਨਰਜੀ ਵਿਲ ਬੀ ਟ੍ਰਾਂਸਮਿਟਡ ਇਨ ਫੋਰਮ ਆਫ ਇਲੈਕਟ੍ਰੋਮੈਗਨੈਟਿਕ ਵੇਵਸ ਸੋ ਦਿਸ ਇਜ਼ ਦਾ ਸੋਰਸ ਆਫ ਦਾ ਐਕਸਰੇਸ ਠੀਕ ਉਸ ਤੋਂ ਬਾਅਦ ਹੈ ਸਾਡੇ ਕੋਲ ਅਲਟਰਾਵਾਇਲਟ ਰੇਜ਼ ਅਲਟਰਾਵਾਇਲਟ ਰੇਜ਼ ਦਾ ਤੁਸੀਂ ਦੇਖਿਆ ਸ਼ਹਿਰਾਂ 'ਚ ਬੜਾ ਟ੍ਰੈਂਡ ਚੱਲਦਾ ਹੈ ਕਿ ਤਕਰੀਬਨ ਟੀ ਵੀ 'ਤੇ ਵੀ ਕਿਹਾ ਜਾਂਦਾ ਹੈ ਕਿ ਆਪਣੇ ਫੇਸ ਨੂੰ ਢੱਕ ਕੇ ਰੱਖੋ ਜਾਂ ਲੇਡੀਜ਼ ਤੁਸੀਂ ਦੇਖਿਆ ਹੋਣੇ ਗਲਵਸ ਪਾਉਂਦੇ ਨੇ ਔਰ ਗਲਵਸ ਵੀ ਪੂਰੇ ਉੱਪਰ ਤੱਕ ਪੂਰੀ ਆਰਮਸ ਢੱਕੀਆਂ ਹੁੰਦੀਆਂ ਨੇ ਕਿਉਂਕਿ ਅਲਟਰਾਵਾਇਲਟ ਰੇਡੀਏਸ਼ਨ ਜਿਹੜੀਆਂ ਨੇ ਤੁਸੀਂ ਵੀ ਕਈ ਸੈਮੀਨਾਰ 'ਚ ਹਿੱਸਾ ਲਿਆ ਹੋਏਗਾ ਕਿ ਇਹਦੇ ਨੁਕਸਾਨ ਬਹੁਤ ਨੇ ਜੀ ਕਿਉਂਕਿ ਸਨ ਇਹਦਾ ਸਭ ਤੋਂ ਵੱਡਾ ਸੋਰਸ ਹੈ ਜਿੰਨੀਆਂ ਵੀ ਸੋਲਰ ਰੇਡੀਏਸ਼ਨਸ ਆਉਂਦੀਆਂ ਨੇ ਉਹਦੇ 'ਚ ਅਲਟਰਾਵਾਇਲਟ ਰੇਜ਼ ਸਾਡੇ ਕੋਲ ਬਹੁਤ ਜ਼ਿਆਦਾ ਹੁੰਦੀਆਂ ਤਾਂ ਅਲਟਰਾਵਾਇਲਟ ਰੇਜ਼ ਇੱਕ ਤਾਂ ਉਹ ਸੋਰਸ ਹੈ ਇੱਕ ਸਾਡੇ ਕੋਲ ਜਦੋਂ ਥਰੂ ਮਰਕਰੀ ਡਿਸਚਾਰਜ ਅਸੀਂ ਕਰਵਾਉਂਦੇ ਹਾਂ ਉਹ ਮਰਕਰੀ ਆਕਸ ਉਦੋਂ ਵੀ ਸਾਡੇ ਕੋਲ ਹੁੰਦਾ ਤਾਂ ਅਲਟਰਾਵਾਇਲਟ ਰੇਜ਼ ਆਉਂਦੀਆਂ ਪ੍ਰੋਟੈਕਟਿਵ ਲੇਅਰ ਤੁਹਾਨੂੰ ਪਤਾ ਉੱਪਰ ਓਜ਼ੋਨ ਹੈ ਅਗਰ ਹੋਰ ਰਹੇਗਾ ਕਲੋਰੋ ਫਲੋਰੋਕਾਰਬਨ ਸਾਡੇ ਇੰਨਾ ਫੈਲ ਗਿਆ ਕਿ ਉਹਦੇ 'ਚ ਹੋਲ ਬਣਨੇ ਸ਼ੁਰੂ ਹੋ ਗਏ ਤਾਂ ਜਿਸ ਕਰਕੇ ਅਲਟਰਾਵਾਇਲਟ ਰੇਜ਼ ਨੇ ਉਹ ਜ਼ਿਆਦਾ ਆ ਰਹੀਆਂ ਨੇ ਜ਼ਿਆਦਾ ਕੇਅਰਫੁੱਲ ਹੋ ਗਏ ਲੋਕ ਤੁਸੀਂ ਦੇਖਿਆ ਕਈ ਸਨਸਕ੍ਰੀਮ ਵੀ ਯੂਜ਼ ਕਰਦੇ ਨੇ ਤਾਂ ਇਸ ਲਈ ਯੂਜ਼ ਕਰਦੇ ਨੇ ਕਿ ਰਿਫਲੈਕਸ਼ਨਸ ਹੋ ਜਾਵੇ ਐਬਜ਼ੋਰਪਸ਼ਨ ਨਾ ਹੋਵੇ ਔਰ ਅਲਟਰਾਵਾਇਲਟ ਰੇਜ਼ ਹੈ ਜਿਹੜੀਆਂ ਕੈਂਸਰ ਤਕਰੀਬਨ ਸਕਿਨ ਕੈਂਸਰ ਇਹਦੇ ਨਾਲ ਬਹੁਤ ਜ਼ਿਆਦਾ ਹੁੰਦਾ ਰਾਈਟ ਉਸ ਤੋਂ ਬਾਅਦ ਹੈ ਸਾਡੇ ਕੋਲ ਵਿਜ਼ੀਬਲ ਲਾਈਟ ਜਦੋਂ ਵੀ ਕੋਈ ਮੋਲੀਕੂਲਰ ਜਾਂ ਐਟੋਮਿਕ ਐਕਸਾਈਟੇਸ਼ਨਸ ਹੋਣਗੀਆਂ ਮੋਲੀਕੂਲਰ ਐਟੋਮਿਕ ਐਕਸਾਈਟੇਸ਼ਨਸ ਉਹਦੇ 'ਚ ਸਾਡੇ ਕੋਲ ਵਿਜ਼ੀਬਲ ਲਾਈਟ ਹੋਣਗੀਆਂ ਤੁਹਾਨੂੰ ਪਤਾ ਸਾਡੀ ਆਈ ਹੈ ਦੈਟ ਇਜ਼ ਮੋਰ ਸੈਂਸਿਟਿਵ ਟੂ ਦਾ ਵਿਜ਼ੀਬਲ ਲਾਈਟ ਠੀਕ ਇਨਫਰਾਰੈੱਡ ਨੇ ਬੇਟਾ ਇਸ ਨੂੰ ਹੌਟ ਰੇਡੀਏਸ਼ਨਸ ਵੀ ਕਹਿ ਦਿੰਦੇ ਨੇ ਜਿੰਨੀਆਂ ਹੌਟ ਬਾਡੀਜ਼ ਨੇ ਉਹ ਅਮਿਟ ਕਰਦੀਆਂ ਨੇ ਠੀਕ ਹੈ ਉਹ ਅਮਿਟ ਕਰਦੀਆਂ ਨੇ ਲੇਕਿਨ ਤੁਸੀਂ ਲੈਬ 'ਚ ਫਿਰ ਕਿਸ ਤਰ੍ਹਾਂ ਉਹ ਕਰ ਸਕਦੇ ਹੋ ਕਾਰਬਨ ਡਾਈਆਕਸਾਈਡ ਦਾ ਜਿਹੜਾ ਲੇਜ਼ਰ ਹੈ ਬੇਟਾ ਉਹ ਅਗਰ ਤੁਸੀਂ ਦੇਖੋ ਯੂਨੀਵਰਸਿਟੀ 'ਚ ਜਿੱਥੇ ਚੱਲਦੇ ਨੇ ਲੇਜ਼ਰ ਸੋ ਯੂ ਵਿਲ ਗੈਟ ਇਨਫਰਾਰੈੱਡ ਰੇਡੀਏਸ਼ਨਸ ਹੀਟ ਰੇਡੀਏਸ਼ਨਸ ਨੈਕਸਟ ਇਜ਼ ਮਾਈਕਰੋਵੇਵ ਦੀਜ਼ ਆਰ ਵੈਰੀ ਇੰਪੋਰਟੈਂਟ ਕਿਉਂਕਿ ਤੁਹਾਡੇ ਦਿਮਾਗ 'ਚ ਨਾ ਜਦੋਂ ਮਾਈਕਰੋਵੇਵਸ ਦੀ ਗੱਲ ਕਰਦੇ ਹਾਂ ਮਾਈਕਰੋਵੇਵ ਓਵਨ ਦੀ ਗੱਲ ਆ ਜਾਂਦੀ ਹੈ ਕਿ ਮਾਈਕਰੋਵੇਵ ਓਵਨ ਬੜੇ ਵਿਕਦੇ ਨੇ ਔਰ ਇਹ ਹੈ ਮਾਈਕਰੋਵੇਵਸ ਨੇ ਸਪੈਸ਼ਲ ਕਿਸਮ ਦੀਆਂ ਵੈਕਿਊਮ ਟਿਊਬਸ ਹੁੰਦੀਆਂ ਨੇ ਕਲੈਸਟ੍ਰੋਨਸ ਹੈ ਮੈਗਨੋਟ੍ਰੋਨਸ ਹੈ ਗਨ ਡਾਇਡਸ ਨੇ ਇਸ ਦੇ ਨਾਲ ਬੇਟਾ ਪ੍ਰੋਡਿਊਸ ਕੀਤੀਆਂ ਜਾਂਦੀਆਂ ਮਾਈਕਰੋਵੇਵਸ ਔਰ ਇਹ ਡਿਫੈਂਸ 'ਚ ਬਹੁਤ ਯੂਜ਼ ਹੁੰਦੀਆਂ ਨੇ ਰਡਾਰ ਸਿਸਟਮ 'ਚ ਰਡਾਰ ਮੀਨਸ ਰੇਡੀਓ ਡਿਟੈਕਸ਼ਨ ਐਂਡ ਰੇਂਜਿੰਗ ਕਿਉਂਕਿ ਇਹਨਾਂ ਦੀ ਇੱਕ ਕੁਆਲਿਟੀ ਹੈ ਕਿ ਬੀਮ ਦੀ ਫੋਰਮ 'ਚ ਚੱਲਦੀਆਂ ਨੇ ਬੀਮ ਦੀ ਫੋਰਮ 'ਚ ਚੱਲਦੀਆਂ ਨੇ ਇਟ ਮੀਨਸ ਕਿਸੇ ਪਾਰਟੀਕਲ ਨਾਲ ਸਟ੍ਰਾਈਕ ਕਰਕੇ ਵਾਪਸ ਆ ਜਾਣਗੀਆਂ ਸਾਨੂੰ ਪਤਾ ਲੱਗ ਜਾਏਗਾ ਉਹ ਕਿੱਥੇ ਰਡਾਰ ਸਿਸਟਮ ਦਾ ਇਹੀ ਬੇਸ ਹੈ ਤੁਸੀਂ ਦੇਖਿਆ ਕ੍ਰਿਕਟ ਮੈਚ ਆ ਉਹਦੇ 'ਚ ਅਸੀਂ ਬਾਲ ਦੀ ਵੀ ਵਿਲੋਸਟੀ ਦੇਖਦੇ ਹਾਂ ਜਾਂ ਸਪੀਡ ਦੇਖਦੇ ਹਾਂ ਵੀ ਗੈਟ ਲੋਟ ਆਫ ਥਿੰਗਸ ਸੋ ਦੇਅਰ ਫੋਰ ਦਾ ਮਾਈਕਰੋਵੇਵਸ ਦੇ ਆਰ ਵੈਰੀ ਇੰਪੋਰਟੈਂਟ ਹੁਣ ਮਾਈਕਰੋਵੇਵ ਦਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਹ ਦੱਸਦਾ ਕਿ ਇਹਦੇ 'ਚ ਹੁੰਦਾ ਕੀ ਹੈ ਮਾਈਕਰੋਵੇਵ ਓਵਨ ਇਸ ਦੀ ਜਿਹੜੀ ਐਗਜ਼ਾਮਪਲ ਹੈ ਉਹ ਇਹ ਹੈ ਕਿ ਮਾਈਕਰੋਵੇਵ ਓਵਨ 'ਚ ਜਦੋਂ ਮਾਈਕਰੋਵੇਵਸ ਪ੍ਰੋਡਿਊਸ ਹੋਈਆਂ ਉਹਨਾਂ ਦੀ ਜਿਹੜੀ ਫ੍ਰੀਕੁਐਂਸੀ ਹੈ ਦੈਟ ਮੈਚਿਸ ਵਿਦ ਦਾ ਰੈਜ਼ੋਨੈਂਟ ਫ੍ਰੀਕੁਐਂਸੀ ਆਫ ਦਾ ਵਾਟਰ ਮੋਲੀਕਿਊਲਸ ਜਦੋਂ ਰੈਜ਼ੋਨੈਂਟ ਫ੍ਰੀਕੁਐਂਸੀ ਵਾਟਰ ਮੋਲੀਕਿਊਲਸ ਦੀ ਮਾਈਕਰੋਵੇਵ ਓਵਨ 'ਚ ਜਿਹੜੀਆਂ ਮਾਈਕਰੋਵੇਵ ਜਨਰੇਟ ਹੋਈਆਂ ਉਹ ਮੈਚ ਕਰ ਗਈਆਂ ਦਾ ਐਨਰਜੀ ਵਿਲ ਬੀ ਟ੍ਰਾਂਸਫਰਡ ਟੂ ਦਾ ਵਾਟਰ ਮੋਲੀਕਿਊਲਸ ਉਹ ਵਾਟਰ ਮੋਲੀਕਿਊਲਸ ਨੂੰ ਬੇਟਾ ਐਨਰਜੀ ਮਿਲੀ ਤੁਹਾਨੂੰ ਪਤਾ ਜਿਹਨੂੰ ਵੀ ਐਨਰਜੀ ਮਿਲਦੀ ਆ ਉਹ ਟੱਪਣ ਲੱਗ ਜਾਂਦਾ ਹੈ ਤੋ ਨੈਚੁਰਲੀ ਉਹ ਜਦੋਂ ਓਸੀਲੇਟਸ ਕਰਦੇ ਨੇ ਸੋ ਓਸੀਲੇਟ ਕਰਨ ਦੇ ਨਾਲ ਸਾਡੇ ਕੋਲ ਕੀ ਹੈ ਕਿ ਵੀ ਵਿਲ ਗੈਟ ਦਾ ਟੈਂਪਰੇਚਰ ਇਨਕਰੀਜ਼ ਐਂਡ ਵੀ ਗੈਟ ਮਾਈਕਰੋਵੇਵਸ ਰੇਡੀਓ ਵੇਵਸ ਨੇ ਬੇਟਾ ਤੁਹਾਨੂੰ ਪਤਾ ਹੈ ਕਿ ਰੇਡੀਓ ਵੇਵਸ ਦੇ ਆਰ ਯੂਜ਼ਡ ਫੋਰ ਕਮਿਊਨੀਕੇਸ਼ਨ ਪਰਪਸਿਸ ਸੋ ਇਹ ਸਾਨੂੰ ਜਿਹੜਾ ਅਸੀਂ ਕੀਤਾ ਕਿ ਇਲੈਕਟ੍ਰੋਮੈਗਨੈਟਿਕ ਵੇਵਸ ਕੀ ਹੁੰਦੀਆਂ ਨੇ ਪ੍ਰੋਡਕਸ਼ਨ ਕੀ ਹੈ ਸੋਰਸ ਕੀ ਹੈ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਕੀ ਹੈ ਅਗਰ ਤੁਸੀਂ ਇਸ ਨੂੰ ਧਿਆਨ ਨਾਲ ਕਰੋਗੇ ਤਾਂ ਸਾਡੇ ਕੋਲ ਜਿਹੜਾ ਕਮਿਊਨੀਕੇਸ਼ਨ ਦਾ ਚੈਪਟਰ ਹੈ ਦੈਟ ਇਜ਼ ਵੈਰੀ ਇੰਪੋਰਟੈਂਟ ਐਂਡ ਯੂ ਵਿਲ ਗੈਟ ਦੈਟ ਚੈਪਟਰ ਔਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਇਆ ਉਹਦੇ 'ਚ ਐਂਡ ਯੂ ਵਿਲ ਗੈਟ ਇਟ ਥੈਂਕ ਯੂ ਬੇਟਾ ਬਿਗ ਥੈਂਕਸ